ਅੱਜ ਆਪਾਂ ਪੜ੍ਹਨ ਜਾ ਰਹੇ ਹਾਂ ਬੀਪੀਐਸਸੀ 132 ਦਾ ਬਲੌਕ 3 ਦਾ ਵਿਸ਼ਾ ਵਿਧਾਨ ਪਾਲਿਕਾ। ਜਦੋਂ ਆਪਾਂ ਬੀਪੀਐਸਸੀ 132 ਜਾਣੀ ਕਿ ਭਾਰਤ ਸਰਕਾਰ ਅਤੇ ਰਾਜਨੀਤੀ ਦੀ ਇੰਟਰੋਡਕਸ਼ਨ ਕਰ ਰਹੇ ਸੀ ਤਾਂ ਆਪਾਂ ਗੱਲ ਕੀਤੀ ਸੀ ਕਿ ਭਾਰਤ ਸਰਕਾਰ ਦੇ 3 ਥੰਬ ਹਨ। ਜਿਹੜੀ ਸਰਕਾਰ ਹੁੰਦੀ ਹੈ, ਜਿਹੜੀ ਭਾਰਤ ਦੀ ਸਰਕਾਰ ਹੈ, ਉਹ ਆਪਣੇ ਦੇਸ਼ ਦੇ ਵਿੱਚ 3 ਥੰਮਾਂ 'ਤੇ ਚੱਲਦੀ ਹੈ, ਵਿਧਾਨ ਪਾਲਿਕਾ, ਕਾਰਜਪਾਲਿਕਾ ਅਤੇ ਨਿਆਂਪਾਲਿਕਾ। ਤਾਂ ਤਿੰਨਾਂ ਦੇ ਕੰਮਾਂ ਦੇ ਦੀ ਵੰਡ ਕੀਤੀ ਗਈ ਹੈ, ਤਿੰਨਾਂ ਦੀ ਸ਼ਕਤੀਆਂ ਦੀ ਵੰਡ ਕੀਤੀ ਗਈ ਹੈ ਔਰ ਤਿੰਨਾਂ ਨੂੰ ਇਸ ਹਿਸਾਬ ਨਾਲ ਰੱਖਿਆ ਗਿਆ ਹੈ ਕਿ ਇੱਕ ਦੂਜੇ ਦੇ ਨਾਲ ਜੁੜੇ ਵੀ ਰਹਿਣ ਔਰ ਇੱਕ ਦੂਜੇ ਦੇ ਕੰਮ ਦੇ ਵਿੱਚ ਇੰਟਰਫੇਅਰ ਨਾ ਕਰਨ। ਆਪਾਂ ਇੰਟਰੋਡਕਸ਼ਨ ਕੀਤਾ ਸੀਗਾ ਕਿ ਵਿਧਾਨ ਪਾਲਿਕਾ ਦਾ ਮੇਨ ਕੰਮ ਕੀ ਹੁੰਦਾ ਹੈ, ਮੇਨ ਕੰਮ ਹੁੰਦਾ ਹੈ ਵਿਧਾਨ ਦਾ ਨਿਰਮਾਣ ਕਰਨਾ, ਯਾਨੀ ਕਿ ਕਾਨੂੰਨ ਦਾ ਨਿਰਮਾਣ ਕਰਨਾ। ਜਦੋਂ ਕਾਨੂੰਨ ਦਾ ਕੰਮ ਹੋ ਜਾਂਦਾ, ਨਿਰਮਾਣ ਹੋ ਜਾਂਦਾ, ਫਿਰ ਕੰਮ ਸ਼ੁਰੂ ਹੁੰਦਾ ਹੈ ਕਾਰਜਪਾਲਿਕਾ ਦਾ। ਕਾਰਜਪਾਲਿਕਾ ਨੇ ਕੀ ਕਰਨਾ ਹੁੰਦਾ, ਉਸਨੂੰ ਉਸ ਕਾਰਜ ਨੂੰ ਅੰਜਾਮ ਦੇਣਾ ਹੁੰਦਾ ਹੈ, ਮਤਲਬ ਉਸਨੂੰ ਇੰਪਲੀਮੈਂਟ ਕਰਨਾ ਹੁੰਦਾ, ਕਾਨੂੰਨ ਨੂੰ ਲਾਗੂ ਕਰਨਾ ਹੁੰਦਾ। ਜਦੋਂ ਕਾਨੂੰਨ ਲਾਗੂ ਹੋ ਜਾਂਦਾ ਫਿਰ ਕੰਮ ਹੁੰਦਾ ਨਿਆਂਪਾਲਿਕਾ ਦਾ। ਨਿਆਂਪਾਲਿਕਾ ਕੀ ਕਰਦੀ ਹੈ, ਨਿਆਂਪਾਲਿਕਾ ਉਸ ਕਾਨੂੰਨ ਦੀ ਰੱਖਿਆ ਕਰਦੀ ਹੈ। ਜੇ ਕੋਈ ਵਿਅਕਤੀ ਸਰਕਾਰ ਦੁਆਰਾ ਬਣਾਏ ਗਏ ਕਾਨੂੰਨ ਦਾ ਉਲੰਘਣ ਕਰਦਾ ਹੈ ਤਾਂ ਉਸਦੀ ਸਜ਼ਾ ਮੁਕਰਰ ਕਰਦੀ ਹੈ। ਤਾਂ ਅੱਜ ਆਪਾਂ ਜਿਹੜਾ ਪੜ੍ਹਾਂਗੇ ਇੰਸਟੀਟਿਊਸ਼ਨ, ਉਹ ਹੈਗਾ ਆਪਣਾ ਲੈਜਿਸਲੇਚਰ, ਜਿਹਨੂੰ ਆਪਾਂ ਵਿਧਾਨ ਪਾਲਿਕਾ ਕਹਿੰਦੇ ਹਾਂ। ਅੱਜ ਆਪਾਂ ਇਹਨੂੰ ਵਿਸਥਾਰ ਪੂਰਵਕ ਪੜ੍ਹਾਂਗੇ। ਸਭ ਤੋਂ ਪਹਿਲਾਂ ਆਪਾਂ ਲੈਜਿਸਲੇਚਰ ਦੀ ਇੰਟਰੋਡਕਸ਼ਨ ਕਰਾਂਗੇ। ਜਿਹੜਾ ਲੈਜਿਸਲੇਚਰ ਵਰਡ ਹੈ, ਇਹ ਲਤੀਨੀ ਭਾਸ਼ਾ ਤੋਂ ਲਿੱਤਾ ਗਿਆ ਹੈ, ਜਿਹਦਾ ਅਰਥ ਹੈ ਲੈਕਸ। ਜਿਹੜਾ ਲੈਕਸ ਵਰਡ ਹੈਗਾ ਇਹ ਲਤੀਨੀ ਭਾਸ਼ਾ ਦਾ, ਇਹਦਾ ਮਤਲਬ ਸੀਗਾ ਇਹ ਡਿਸਟਿੰਕਟ ਕਾਇੰਡ ਆਫ ਲੀਗਲ ਰੂਲ, ਮੇਨਲੀ ਆਫ ਜਨਰਲ ਐਪਲੀਕੇਸ਼ਨ, ਇੱਕ ਵੱਖਰੇ ਟਾਈਪ ਦਾ ਕਾਨੂੰਨ, ਵੱਖਰੇ ਟਾਈਪ ਦਾ ਰੂਲ। ਜਿਸ ਤਰ੍ਹਾਂ ਆਪਾਂ ਗੱਲ ਕੀਤੀ ਵਿਧਾਨ ਪਾਲਿਕਾ ਦੇ ਵਿੱਚ ਕਾਨੂੰਨ ਨੂੰ ਬਣਾਇਆ ਜਾਂਦਾ ਹੈ, ਕਾਨੂੰਨ ਦਾ ਨਿਰਮਾਣ ਹੁੰਦਾ ਹੈ, ਤਾਂ ਕਾਨੂੰਨ ਕੀ ਹੈ, ਕਾਨੂੰਨ ਵੀ ਇੱਕ ਤਰ੍ਹਾਂ ਦਾ ਰੂਲ ਹੈਗਾ ਕਿ ਅਸੀਂ ਰੂਲਸ ਐਂਡ ਰੈਗੂਲੇਸ਼ਨ ਫਿਕਸ ਕਰਨੇ ਹਨ ਕਿ ਇਸ ਸਮੱਸਿਆ ਨੂੰ ਇਸ ਰੂਲ ਦੇ ਤਹਿਤ ਇਸਨੂੰ ਆਪਾਂ ਨਿਜਾਤ ਦੇਵਾਂਗੇ। ਤਾਂ ਭਾਰਤ ਵਿੱਚ ਜਿਹੜੇ ਵਿਧਾਇਕ ਹੈਗੀ ਆ, ਉਹਦੇ ਦੋ ਪੱਧਰ ਹਨ। ਇੱਕ ਤਾਂ ਕੇਂਦਰ ਲੈਵਲ 'ਤੇ ਹੈ, ਜਿਹਨੂੰ ਕਿ ਆਪਾਂ ਯੂਨੀਅਨ ਲੈਵਲ ਕਹਿੰਦੇ ਹਾਂ, ਅਤੇ ਉਹ ਸਦਨ ਨੂੰ ਆਪਾਂ ਕਹਿੰਦੇ ਹਾਂ ਸੰਸਦ, ਜਿਹੜਾ ਕਾਨੂੰਨ ਬਣਾਉਂਦਾ ਹੈ ਸੰਸਥਾ, ਜਿਹੜੀ ਯੂਨੀਅਨ ਲੈਵਲ 'ਤੇ ਬੈਠ ਕੇ ਕਾਨੂੰਨ ਦਾ ਨਿਰਮਾਣ ਕਰਦੇ ਹੈ, ਉਸ ਸੰਸਥਾ ਦਾ ਨਾਮ ਜਾਂ ਉਸ ਸਦਨ ਦਾ ਨਾਮ ਹੈਗਾ ਸੰਸਦ, ਜਿਹਦੇ ਵਿੱਚ ਫਿਰ ਅੱਗੇ ਦੋ ਸਦਨ ਹੁੰਦੇ ਹਨ, ਰਾਜ ਸਭਾ ਅਤੇ ਲੋਕ ਸਭਾ। ਇਸੇ ਤਰ੍ਹਾਂ ਦੇ ਰਾਜ ਪੱਧਰੀ ਵਿਧਾਇਕਾ ਹੁੰਦੀ ਹੈ, ਜਿਹਨੂੰ ਆਪਾਂ ਸਟੇਟ ਲੈਵਲ 'ਤੇ ਕਹਿੰਦੇ ਹਾਂ। ਤਾਂ ਇਹਦੇ ਵਿੱਚ ਜਿਹੜੀ ਬੋਡੀ ਹੁੰਦੀ ਹੈ ਉਹਨੂੰ ਆਪਾਂ ਕਹਿੰਦੇ ਲੈਜਿਸਲੇਚਰ, ਸਟੇਟ ਲੈਜਿਸਲੇਚਰ, ਯਾਨੀ ਰਾਜ ਵਿਧਾਨ ਸਭਾ, ਰਾਜ ਵਿਧਾਨ ਮੰਡਲ।
ਜਿਹੜਾ ਕਾਨੂੰਨ ਬਣਾਉਣ ਦਾ ਕੰਮ ਹੁੰਦਾ ਹੈ ਇਹ ਦੋਨੋਂ ਲੈਵਲ 'ਤੇ ਹੁੰਦਾ ਹੈ। ਪਾਰਲੀਮੈਂਟ ਵੀ ਕਰਦੀ, ਕੁਛ ਮੁੱਦੇ ਐਸੇ ਹਨ ਜਿਹਦੇ ਪਾਰਲੀਮੈਂਟ ਕਾਨੂੰਨ ਬਣਾ ਸਕਦੀ ਹੈ, ਯਾਨੀ ਕਿ ਆਪਣੇ ਦੇਸ਼ ਦੀ ਸੰਸਦ ਕਾਨੂੰਨ ਬਣਾ ਸਕਦੀ ਹੈ, ਅਤੇ ਕੁਛ ਮੁੱਦੇ ਐਸੇ ਹਨ ਜਿਹਦੇ ਰਾਜ ਸਰਕਾਰਾਂ ਜਾਂ ਰਾਜ ਵਿਧਾਨ ਮੰਡਲ ਕਾਨੂੰਨ ਬਣਾ ਸਕਦੇ ਹਨ, ਅਤੇ ਕੁਛ ਵਿਸ਼ੇ ਐਸੇ ਹਨ ਜਿਨ੍ਹਾਂ 'ਤੇ ਦੋਨੋਂ ਹੀ ਕਾਨੂੰਨ ਬਣਾ ਸਕਦੇ ਹਨ। ਇਹਨਾਂ ਦੇ ਕਾਨੂੰਨ ਬਣਾਉਣ ਦੇ ਵਿਸ਼ਿਆਂ ਦੀ ਵੀ ਵੰਡ ਕੀਤੀ ਗਈ ਹੈ, ਜੋ ਕਿ ਭਾਰਤ ਸੰਵਿਧਾਨ ਦੇ ਖੰਡ 7 ਵਿੱਚ ਦਿੱਤਾ ਗਿਆ ਹੈ, ਜਿਹੜਾ ਸ਼ਡਿਊਲ 7 ਹੈਗਾ ਉਹਦੇ ਵਿੱਚ 3 ਲਿਸਟਾਂ ਦਿੱਤੀਆਂ ਗਈਆਂ ਹਨ, ਯੂਨੀਅਨ ਲਿਸਟ, ਸਟੇਟ ਲਿਸਟ, ਕੰਕਰੈਂਟ ਲਿਸਟ। ਯੂਨੀਅਨ ਲਿਸਟ ਨੂੰ ਆਪਾਂ ਕੇਂਦਰੀ ਸੂਚੀ ਕਹਿੰਦੇ ਹਾਂ, ਜਿਹਦੇ ਵਿੱਚ ਉਹ ਮਹਿਕਮੇ ਜਾਂ ਉਹ ਮੁੱਦੇ ਆਉਂਦੇ ਹਨ ਜਿਹ 'ਤੇ ਕੇਂਦਰ ਸਰਕਾਰ ਕਾਨੂੰਨ ਬਣਾਉਂਦੀ ਹੈ। ਕੇਂਦਰ ਸਰਕਾਰ ਮਤਲਬ ਸੰਸਦ, ਪਾਰਲੀਮੈਂਟ। ਅਤੇ ਦੂਜੀ ਸੂਚੀ ਆਉਂਦੀ ਹੈ ਸਟੇਟ ਲੈਵਲ ਦੀ, ਸਟੇਟ ਲਿਸਟ, ਜਿਹਨੂੰ ਕਿ ਆਪਾਂ ਰਾਜ ਸੂਚੀ ਕਹਿੰਦੇ ਹਾਂ। ਉਹਦੇ ਵਿੱਚ ਉਹ ਮਹਿਕਮੇ ਜਾਂ ਉਹ ਕੰਮ ਆਉਂਦੇ ਹਨ ਜਿਹ 'ਤੇ ਰਾਜ ਵਿਧਾਨ ਮੰਡਲ ਕਾਨੂੰਨ ਬਣਾਉਂਦੇ ਹਨ, ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿੰਦੇ ਹਾਂ ਸਟੇਟ ਲੈਜਿਸਲੇਚਰ। ਅਤੇ ਤੀਜੀ ਸੂਚੀ ਹੈਗੀ ਹੈ ਮਿਸ਼ਨ ਸੂਚੀ, ਜਿਹਨੂੰ ਆਪਾਂ ਕੰਕਰੈਂਟ ਲਿਸਟ ਕਹਿੰਦੇ ਹਾਂ। ਉਹਦੇ ਵਿੱਚ ਉਹ ਡਿਪਾਰਟਮੈਂਟਸ, ਉਹ ਵਿਭਾਗ ਜਾਂ ਉਹ ਮੁੱਦੇ ਆਉਂਦੇ ਹਨ ਜਿਹ 'ਤੇ ਪਾਰਲੀਮੈਂਟ ਵੀ ਕਾਨੂੰਨ ਬਣਾ ਸਕਦੀ ਹੈ ਅਤੇ ਸਟੇਟ ਲੈਜਿਸਲੇਚਰ ਵੀ ਬਣਾ ਸਕਦੀ ਹੈ। ਇੰਨਾ ਕਲੀਅਰ ਹੋ ਗਿਆ ਭੂਮਿਕਾ ਸਾਰੀ। ਇਸ ਤੋਂ ਆਪਾਂ ਨੈਕਸਟ ਚੱਲਾਂਗੇ ਕਿ ਜਿਹੜਾ ਲੈਜਿਸਲੇਚਰ ਵਰਡ ਹੈਗਾ ਇਹ ਲਤੀਨੀ ਭਾਸ਼ਾ ਦੇ ਲੈਕਸ ਵਰਡ ਤੋਂ ਬਣਿਆ ਗਿਆ ਹੈ, ਜਿਹਦਾ ਮਤਲਬ ਹੁੰਦਾ ਹੈ ਅਦਭੁਤ ਰੂਲ, ਅਦਭੁਤ ਪ੍ਰਕਾਰ ਦਾ ਰੂਲ। ਤਾਂ ਭਾਰਤ ਦੇ ਵਿੱਚ ਲੈਜਿਸਲੇਚਰ ਦੇ ਦੋ ਲੈਵਲ ਹਨ, ਯੂਨੀਅਨ ਲੈਵਲ ਅਤੇ ਸਟੇਟ ਲੈਵਲ। ਯੂਨੀਅਨ ਲੈਵਲ 'ਤੇ ਜਿਹੜਾ ਕਾਨੂੰਨ ਬਣਾਉਂਦੀ ਹੈ ਬੋਡੀ, ਉਹਨੂੰ ਆਪਾਂ ਕਹਿੰਦੇ ਹਾਂ ਸੰਸਦ, ਪਾਰਲੀਮੈਂਟ। ਅਤੇ ਜਿਹੜਾ ਰਾਜ ਪੱਧਰ 'ਤੇ, ਹੇਠਲੇ ਪੱਧਰ 'ਤੇ ਕਾਨੂੰਨ ਬਣਾਉਂਦੀ ਹੈ ਜਿਹੜਾ ਰਾਜ ਸਤਰ 'ਤੇ, ਉਹਨੂੰ ਆਪਾਂ ਕਹਿੰਦੇ ਹਾਂ ਸਟੇਟ ਲੈਜਿਸਲੇਚਰ ਜਾਂ ਫਿਰ ਰਾਜ ਵਿਧਾਨ ਮੰਡਲ। ਤਾਂ ਹੁਣ ਆਪਾਂ ਅੱਗੇ ਇਹਦੀ ਚਰਚਾ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਚਰਚਾ ਕਰਾਂਗੇ ਯੂਨੀਅਨ ਲੈਵਲ ਦੀ, ਕਿ ਜਿਹੜੇ ਕੇਂਦਰ ਸਰਕਾਰ ਦੇ ਲੈਵਲ 'ਤੇ ਪੱਧਰ 'ਤੇ ਜਿਹੜੇ ਵੀ ਕਾਨੂੰਨ ਬਣਦੇ ਹਨ ਉਹ ਕਿਵੇਂ ਬਣਦੇ ਹਨ, ਕੌਣ ਬਣਾਉਂਦਾ ਹੈ। ਤਾਂ ਕੇਂਦਰ ਲੈਵਲ 'ਤੇ ਜਿਹੜੇ ਕਾਨੂੰਨ ਬਣਦੇ ਹਨ ਉਸਨੂੰ, ਉਸ ਬੋਡੀ ਨੂੰ ਆਪਾਂ ਕਹਿੰਦੇ ਹਾਂ ਪਾਰਲੀਮੈਂਟ, ਪਾਰਲੀਮੈਂਟ ਆਫ ਇੰਡੀਆ, ਭਾਰਤੀ ਸੰਸਦ। ਭਾਰਤੀ ਸੰਸਦ ਕੋਲ ਕਾਨੂੰਨ ਬਣਾਉਣ ਦਾ, ਕਾਨੂੰਨ ਨਿਰਮਾਣ ਕਰਨ ਦੀ ਸ਼ਕਤੀ ਦਿੱਤੀ ਗਈ ਹੈ। ਤਾਂ ਭਾਰਤੀ ਸੰਸਦ ਬਾਰੇ ਆਪਣੇ ਭਾਰਤ ਸੰਵਿਧਾਨ ਦੇ ਅਨੁਛੇਦ 79 ਦੇ ਵਿੱਚ ਲਿਖਿਆ ਗਿਆ ਹੈ, ਉਹ 'ਚ ਲਿਖਿਆ ਗਿਆ ਹੈ ਕਿ ਭਾਰਤ ਸੰਸਦ ਦੇ 3 ਅੰਗ ਹਨ, ਇੱਕ ਰਾਜ ਸਭਾ, ਇੱਕ ਲੋਕ ਸਭਾ, ਇੱਕ ਭਾਰਤ ਦੇ ਰਾਸ਼ਟਰਪਤੀ। ਇਹ 3 ਅੰਗਾਂ ਨੂੰ ਮਿਲਾ ਕੇ ਸੰਸਦ ਬਣਦੀ ਹੈ। ਰਾਜ ਸਭਾ ਜਿਹੜੀ ਹੁੰਦੀ ਹੈ ਇਹਨੂੰ ਆਪਾਂ ਉੱਪਰੀ ਸਦਨ ਕਹਿੰਦੇ ਹਾਂ, ਲੋਕ ਸਭਾ ਨੂੰ ਆਪਾਂ ਕਹਿੰਦੇ ਹਾਂ ਨਿਚਲਾ ਸਦਨ। ਰਾਜ ਸਭਾ ਦੀ ਜਿਹੜੀ ਟਨਿਓਰ ਹੁੰਦੀ ਹੈ ਮੈਂਬਰਾਂ ਦੀ, ਇਹ ਫਿਕਸ ਹੁੰਦੀ ਹੈ। ਅਤੇ ਜਿਹੜਾ ਆਹ ਸਦਨ ਹੁੰਦਾ ਹੈ ਇਹ ਸਥਾਈ ਸਦਨ ਹੁੰਦਾ ਹੈ, ਯਾਨੀ ਪਰਮਾਨੈਂਟ ਸਦਨ ਹੁੰਦਾ ਹੈ, ਪਰਮਾਨੈਂਟ ਚੈਂਬਰ ਹੁੰਦਾ ਹੈ ਜਿਹੜਾ ਕਦੇ ਵੀ ਭੰਗ ਨਹੀਂ ਹੁੰਦਾ। ਲੋਕ ਸਭਾ ਦਾ ਜਿਹੜਾ ਸਦਨ ਹੁੰਦਾ ਹੈ ਇਹ ਭੰਗ ਹੋ ਸਕਦਾ ਹੈ, ਇਹ ਕਿਤੇ ਨਾ ਕਿਤੇ ਸਬਜੈਕਟ 'ਤੇ ਆ ਕੇ ਡਿਸੋਲੂਸ਼ਨ ਹੋ ਸਕਦਾ ਇਹਦਾ।
ਜੇ ਤੀਸਰੇ ਅੰਗ ਦੀ ਗੱਲ ਕਰੀਏ ਤਾਂ ਤੀਸਰਾ ਅੰਗ ਕੌਣ ਹੁੰਦੇ ਹਨ? ਭਾਰਤ ਦੇ ਰਾਸ਼ਟਰਪਤੀ। ਕਿਉਂਕਿ ਕੋਈ ਵੀ ਕਾਨੂੰਨ, ਕੋਈ ਵੀ ਬਿੱਲ ਜਦ ਤੱਕ ਕਾਨੂੰਨ ਨਹੀਂ ਬਣ ਸਕਦਾ ਜਦ ਤੱਕ ਭਾਰਤ ਦੇ ਰਾਸ਼ਟਰਪਤੀ ਦੇ ਸਿਗਨੇਚਰ ਨਾ ਹੋ ਜਾਣ। ਉਹਨਾਂ ਦੀ ਅਨੁਮਤੀ ਮਿਲਣ ਤੋਂ ਬਾਅਦ ਹੀ ਕੋਈ ਵੀ ਬਿੱਲ ਕਾਨੂੰਨ ਬਣੇਗਾ। ਤਾਂ ਭਾਰਤ ਦੇ ਰਾਸ਼ਟਰਪਤੀ ਦਾ ਜਿਹੜਾ ਆਫਿਸ ਹੁੰਦਾ ਹੈਗਾ ਇਹ ਕਦੇ ਵੀ ਖਾਲੀ ਨਹੀਂ ਰਹਿੰਦਾ। ਜਿਸ ਵੇਲੇ ਭਾਰਤ ਦੇ ਰਾਸ਼ਟਰਪਤੀ ਦੇ ਆਪਣੇ ਕੁਰਸੀ 'ਤੇ ਨਹੀਂ ਹੁੰਦੇ ਹਨ, ਛੁੱਟੀ 'ਤੇ ਹੁੰਦੇ ਹਨ, ਤਾਂ ਉਸ ਸਮੇਂ ਕੀ ਹੁੰਦਾ? ਉਸ ਸਮੇਂ ਦੇ ਦੌਰਾਨ ਭਾਰਤ ਦੇ ਉਪ ਰਾਸ਼ਟਰਪਤੀ ਰਾਸ਼ਟਰਪਤੀ ਦਾ ਕੰਮ ਦੇਖਦੇ ਹਨ। ਜਦੋਂ ਭਾਰਤ ਦੇ ਰਾਸ਼ਟਰਪਤੀ ਅਵਕਾਸ਼ 'ਤੇ ਹੋਣ, ਛੁੱਟੀਆਂ 'ਤੇ ਹੋਣ ਜਾਂ ਕਿਸੇ ਵੀ ਰੀਜ਼ਨ ਕਰਕੇ ਪਦ ਖਾਲੀ ਹੋ ਜਾਵੇ, ਤਾਂ ਜਿੰਨੀ ਦੇਰ ਤੱਕ ਪਦ ਖਾਲੀ ਰਹੇਗਾ ਓਨੀ ਦੇਰ ਤੱਕ ਭਾਰਤ ਦੇ ਉਪ ਰਾਸ਼ਟਰਪਤੀ ਉਸ ਪੋਸਟ ਨੂੰ ਸਾਂਭਣਗੇ। ਔਰ ਇੱਕ ਰੂਲ ਇਹ ਵੀ ਹੈਗਾ ਹੈ ਕਿ ਭਾਰਤ ਦੇ ਵਾਈਸ ਪ੍ਰੈਜੀਡੈਂਟ ਰਾਸ਼ਟਰਪਤੀ ਦੇ ਪੋਸਟ ਨੂੰ ਮੈਕਸੀਮਮ ਤੋਂ ਮੈਕਸੀਮਮ 6 ਮਿੰਟ ਤੱਕ ਸੰਭਾਲ ਸਕਦੇ ਹਨ। 6 ਮਿੰਟ ਲੰਬਾ ਸਮਾਂ ਨਹੀਂ ਸੰਭਾਲ ਸਕਦੇ, ਮੈਕਸੀਮਮ 6 ਮਹੀਨੇ ਦੇ ਅੰਦਰ ਅੰਦਰ ਦੁਬਾਰਾ ਚੁਣਾਵ ਕਰਾਉਣੇ ਪੈਣਗੇ। ਜੇ ਕੁਛ ਐਸੀ ਕੰਡੀਸ਼ਨ ਕਰਕੇ ਪਦ ਖਾਲੀ ਹੋਇਆ ਕਿ ਦੁਬਾਰਾ ਇਲੈਕਸ਼ਨ ਕਰਾਉਣ ਦੀ ਜ਼ਰੂਰਤ ਪੈਂਦੀ ਹੈ, ਤਾਂ 6 ਮਹੀਨੇ ਅੰਦਰ ਅੰਦਰ ਇਲੈਕਸ਼ਨ ਕਰਵਾਏ ਜਾ ਸਕਦੇ ਹਨ। ਇੱਕ ਕੰਡੀਸ਼ਨ ਹੋਰ ਹੈਗੀ ਇਹਦੇ ਵਿੱਚ, ਜਿਹੜਾ ਇਹ ਰੂਲ ਇੰਪਲੀਮੈਂਟ ਹੋ ਵੀ ਚੁੱਕਿਆ ਹੈ ਪਹਿਲਾਂ ਆਪਣੇ ਪਿਛੋਕੜ ਦੇ ਵਿੱਚ। ਇੱਕ ਵਾਰ ਕੀ ਹੋਇਆ ਸੀਗਾ, ਭਾਰਤ ਦੇ ਰਾਸ਼ਟਰਪਤੀ ਦਾ ਆਫਿਸ ਖਾਲੀ ਸੀਗਾ, ਉਸ ਸਮੇਂ ਉਪ ਰਾਸ਼ਟਰਪਤੀ ਵੀ ਨਹੀਂ ਸਨ ਕੋਈ ਵੀ। ਉਸ ਸਮੇਂ ਕੀ ਹੋਇਆ ਸੀਗਾ, ਜਿਹੜੇ ਭਾਰਤ ਦੇ ਸੁਪਰੀਮ ਕੋਰਟ ਦੇ ਮੁੱਖ ਜੱਜ ਹਨ, ਮੁੱਖ ਨਿਆਂਧੀਸ਼ ਹਨ, ਜਿਹਨੂੰ ਕਿ ਆਪਾਂ ਚੀਫ ਜਸਟਿਸ ਆਫ ਇੰਡੀਆ ਕਹਿੰਦੇ ਹਾਂ, ਉਹਨਾਂ ਨੇ ਕੁਛ ਦਿਨ ਪ੍ਰੈਜ਼ੀਡੈਂਟ ਦਾ ਕੰਮ ਕੀਤਾ ਸੀਗਾ। ਤਾਂ ਇਹ ਰੂਲ ਹੈਗਾ ਜੇ ਪ੍ਰੈਜ਼ੀਡੈਂਟ ਦੀ ਚੇਅਰ ਖਾਲੀ ਹੈਗੀ ਹੈ ਅਤੇ ਵਾਈਸ ਪ੍ਰੈਜ਼ੀਡੈਂਟ ਵੀ ਅਵੇਲੇਬਲ ਨਹੀਂ ਹੈਗੇ ਹੈ, ਤਾਂ ਚੀਫ ਜਸਟਿਸ ਆਫ ਇੰਡੀਆ ਐਕਟ ਐਜ਼ ਏ ਪ੍ਰੈਜ਼ੀਡੈਂਟ ਆਫ ਇੰਡੀਆ, ਉਹ ਉਸ ਸਮੇਂ ਦਾ ਇੰਚਾਰਜ ਲੈ ਸਕਦੇ ਹਨ। ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜੇ ਆਪਾਂ 3 ਅੰਗ ਕੀਤੇ ਹਨ, ਭਾਰਤ ਦੇ ਰਾਸ਼ਟਰਪਤੀ, ਲੋਕ ਸਭਾ ਅਤੇ ਰਾਜ ਸਭਾ, ਤਿੰਨਾਂ ਦੇ ਬਾਰੇ ਆਪਾਂ ਵਿਸਤਾਰਪੂਰਵਕ ਜਾਣਾਂਗੇ। ਪਰ ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਭਾਰਤ ਦੇ ਰਾਸ਼ਟਰਪਤੀ ਦੀ। ਭਾਰਤ ਜਿੱਥੇ ਅਮਰੀਕਾ ਦੇ ਰਾਸ਼ਟਰਪਤੀ ਉੱਥੋਂ ਦੀ ਕਾਂਗਰਸ ਦੇ ਮੈਂਬਰ ਹੁੰਦੇ ਹਨ, ਜਿਹੜੀ ਉਹਨਾਂ ਦੀ ਪਾਰਲੀਮੈਂਟ ਹੈਗੀ ਹੈ, ਸੰਸਦ ਹੈਗੀ, ਉਹਦਾ ਨਾਮ ਹੈਗਾ ਕਾਂਗਰਸ। ਜਿੱਥੇ ਉਹਨਾਂ ਦੇ ਰਾਸ਼ਟਰਪਤੀ ਕਾਂਗਰਸ ਦੇ ਮੈਂਬਰ ਹੁੰਦੇ ਹਨ, ਉੱਥੇ ਭਾਰਤ ਦੇ ਰਾਸ਼ਟਰਪਤੀ ਆਪਣੀ ਸੰਸਦ ਦੇ ਮੈਂਬਰ ਨਹੀਂ ਹੁੰਦੇ ਹਨ, ਉਹ ਮੁੱਖ ਅੰਗ ਹੁੰਦੇ ਹਨ। ਇਹ ਸਿਰਫ ਮੈਂਬਰ ਨਹੀਂ ਹੁੰਦੇ, ਇਹ ਮੁੱਖ ਆਈਟੀ ਹੁੰਦੇ ਹਨ, ਐਂਟੀਟੀ ਹੁੰਦੇ ਹਨ। ਹਾਲਾਂਕਿ ਉਹ ਸਦਨ ਦੇ ਕਿਸੇ ਵੀ ਸਦਨ ਸੰਸਦ ਕਿਸੇ ਸਦਨ ਭਾਗ ਨਹੀਂ ਲੈਂਦੇ, ਪਰ ਉਹ ਮੁੱਖ ਅੰਗ ਹੁੰਦੇ ਹਨ, ਉਹਨਾਂ ਤੋਂ ਬਿਨਾਂ ਪਾਰਲੀਮੈਂਟ ਨਹੀਂ ਚੱਲਦਾ। ਭਾਰਤ ਦੇ ਰਾਸ਼ਟਰਪਤੀ ਸਦਨ ਨੂੰ ਚਲਾਉਣ ਦਾ ਹੁਕਮ ਦਿੰਦੇ ਹਨ ਅਤੇ ਉਹਨਾਂ ਕੋਲ ਇਹ ਵੀ ਸ਼ਕਤੀ ਹੈ ਕਿ ਉਹ ਲੋਕ ਸਭਾ ਨੂੰ ਭੰਗ ਕਰ ਸਕਦੇ ਹਨ। ਕਿਉਂਕਿ ਆਪਾਂ ਹੁਣੇ ਪੜ੍ਹਿਆ ਸੀਗਾ ਕਿ 2 ਸਦਨ ਹੁੰਦੇ ਹਨ, ਕਿ ਲੋਕ ਸਭਾ ਜਿਹੜਾ ਸਦਨ ਹੁੰਦਾ ਉਹ ਭੰਗ ਹੋ ਸਕਦਾ ਹੈ, ਪਰ ਰਾਜ ਸਭਾ ਦਾ ਸਦਨ ਕਦੇ ਵੀ ਭੰਗ ਨਹੀਂ ਹੋ ਸਕਦਾ। ਤਾਂ ਰਾਸ਼ਟਰਪਤੀ ਨੂੰ ਸ਼ਕਤੀ ਦਿੱਤੀ ਗਈ ਹੈ ਕਿ ਉਹ ਚਾਹੁਣ 'ਤੇ ਲੋਕ ਸਭਾ ਦਾ ਸਦਨ ਭੰਗ ਕਰ ਸਕਦੇ ਹਨ। ਭਾਰਤ ਦੇ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਿਨਾਂ ਕੋਈ ਵੀ ਵਿਧੇਯਕ ਕਾਨੂੰਨ ਨਹੀਂ ਬਣ ਸਕਦਾ। ਇਹ ਆਪਾਂ ਹੁਣੇ ਕਰਕੇ ਹਟੇ ਹਾਂ ਕਿ ਜਦ ਤੱਕ ਕਿਸੇ ਵੀ ਬਿੱਲ 'ਤੇ ਉਹਨਾਂ ਸਾਈਨ ਨਹੀਂ ਹੁੰਦੇ ਤਦ ਤੱਕ ਉਹਨੂੰ ਕਾਨੂੰਨ ਨਹੀਂ ਮੰਨਿਆ ਜਾਵੇਗਾ। ਭਾਰਤ ਦੇ ਰਾਸ਼ਟਰਪਤੀ ਆਰਡੀਨੈਂਸ ਪਾਸ ਕਰ ਸਕਦੇ ਹਨ। ਆਰਡੀਨੈਂਸ ਕੀ ਹੁੰਦਾ? ਹੁਣ ਆਰਡੀਨੈਂਸ ਹੁੰਦਾ ਹੈ, ਇਹਨੂੰ ਆਪਾਂ ਕਹਿੰਦੇ ਹਾਂ ਪੰਜਾਬੀ 'ਚ ਅਧਿਆਦੇਸ਼। ਜਦੋਂ
ਦੇਸ਼ ਦੇ ਵਿੱਚ ਐਮਰਜੈਂਸੀ ਲੱਗ ਜਾਵੇ, ਜਿਵੇਂ ਪਹਿਲਾਂ ਪਿਛਲੇ ਕਈ ਵਾਰ ਲੱਗੀ ਹੈ ਐਮਰਜੈਂਸੀ, ਆਪਣੇ ਨੈਸ਼ਨਲ ਐਮਰਜੈਂਸੀ ਵੀ ਲੱਗੀ ਹੈ, ਸਟੇਟ ਐਮਰਜੈਂਸੀ ਵੀ ਲੱਗੀ ਹੈ ਹੁਣ ਕਾਫੀ ਵਾਰ, ਅਤੇ ਸੰਸਦ ਦਾ ਕੋਈ ਸੈਸ਼ਨ ਨਾ ਚੱਲ ਰਿਹਾ ਹੋਵੇ। ਜਿਹੜਾ ਸੰਸਦ ਹੁੰਦਾ ਆਪਣਾ, ਇਹ ਤਿੰਨੋ ਵਾਰ ਸੈਸ਼ਨ ਚੱਲਦਾ, ਇਹਦਾ ਤਿੰਨੋ ਵਾਰੀ ਬੰਦੇ ਹਨ। ਇੱਕ ਹੁੰਦਾ ਇਹਨਾਂ ਦਾ ਬਜਟ ਸੈਸ਼ਨ, ਇੱਕ ਹੁੰਦਾ ਮਾਨਸੂਨ ਸੈਸ਼ਨ, ਇੱਕ ਹੁੰਦਾ ਵਿੰਟਰ ਸੈਸ਼ਨ। ਤਾਂ ਸਾਲ ਦੇ ਵਿੱਚ ਤਿੰਨ ਸੈਸ਼ਨ ਹੁੰਦੇ ਹਨ ਜਦੋਂ ਸਦਨ ਬੈਠ ਕੇ ਕਾਨੂੰਨ ਦਾ ਨਿਰਮਾਣ ਕਰਦੇ ਹਨ। ਪਰੰਤੂ ਜਿਸ ਸਮੇਂ ਐਮਰਜੈਂਸੀ ਲੱਗੀ ਹੋਵੇ ਅਤੇ ਸਦਨ ਨਾ ਚੱਲ ਰਿਹਾ ਹੋਵੇ, ਉਸ ਸਮੇਂ ਕੀ ਹੁੰਦਾ, ਉਸ ਸਮੇਂ ਭਾਰਤ ਦੇ ਰਾਸ਼ਟਰਪਤੀ ਅਧਿਆਦੇਸ਼ ਜਾਰੀ ਕਰ ਸਕਦੇ ਹਨ, ਉਹਨੂੰ ਆਪਾਂ ਆਰਡੀਨੈਂਸ ਕਹਿੰਦੇ ਹਾਂ। ਇਹਦੀ ਸ਼ਕਤੀ ਉਹ ਕਾਨੂੰਨ ਦੇ ਬਰਾਬਰ ਹੀ ਹੁੰਦੀ ਹੈ ਕਿ ਜਦ ਤੱਕ ਸਦਨ ਨਹੀਂ ਬੈਠ ਜਾਂਦਾ ਤਦ ਤੱਕ ਇਹਨੂੰ ਹੀ ਆਪਾਂ ਕਾਨੂੰਨ ਮੰਨਾਂਗੇ। ਇੱਕ ਰਾਸ਼ਟਰ ਦੇ ਆਦੇਸ਼ ਹੁੰਦਾ ਹੈ, ਇਹ ਕੁਛ ਟਾਈਮ ਪੀਰੀਅਡ ਲਈ ਹੁੰਦਾ ਹੈ, ਜਦ ਤੱਕ ਸੰਸਦ ਵਿੱਚ ਪਾਸ ਨਹੀਂ ਹੁੰਦਾ ਤਦ ਤੱਕ ਇਹ ਚੱਲਦਾ ਰਹਿੰਦਾ ਹੈ। ਤਾਂ ਇਸਨੂੰ ਪਾਸ ਕਰਨ ਦੀ ਜਿਹੜੀ ਹੈ ਸ਼ਕਤੀ ਹੈ, ਉਹ ਸਿਰਫ ਭਾਰਤ ਦੇ ਰਾਸ਼ਟਰਪਤੀ ਕੋਲ ਹੈ। ਅਤੇ ਆਪਣੇ ਭਾਰਤ ਦੇ ਰਾਸ਼ਟਰਪਤੀ ਨੂੰ ਫਸਟ ਸਿਟੀਜ਼ਨ ਆਫ ਇੰਡੀਆ ਦਾ ਦਰਜਾ ਮਿਲਿਆ ਗਿਆ ਹੈ। ਇਹਨੂੰ ਕਿਹੜਾ ਖਿਤਾਬ ਮਿਲਿਆ ਹੈ, ਫਸਟ ਸਿਟੀਜ਼ਨ ਆਫ ਇੰਡੀਆ, ਯਾਨੀ ਭਾਰਤ ਦੇ ਪ੍ਰਥਮ ਵਿਅਕਤੀ। ਭਾਰਤ ਦਾ ਜਿੰਨਾ ਵੀ ਕੰਮ ਹੋਣਾ ਹੈ, ਚਾਹੇ ਇੰਟਰਨੈਸ਼ਨਲ ਡਿਵੀਜ਼ਨ ਆ, ਕਿਸੇ ਨਾਲ ਵੀ ਹੋਣਾ ਹੈ, ਇੰਟਰਨੈਸ਼ਨਲ ਜਿੰਨੇ ਵੀ ਆਪਣੇ ਹੈਗੇ ਹਨ ਕੰਟਰੀ ਹਨ, UNO ਹੈ, ਉਹ ਸਾਰੇ ਤੇ ਜਦੋਂ ਵੀ ਭਾਰਤ ਦੇ ਆਪਾਂ ਗੱਲ ਕਰਦੇ ਹਾਂ ਤਾਂ ਉਹ ਕੰਮ ਕਿਹਦੇ ਨਾਮ ਤੇ ਹੋਊਗਾ, ਭਾਰਤ ਦੇ ਰਾਸ਼ਟਰਪਤੀ ਤੋਂ, ਕਿਉਂਕਿ ਭਾਰਤ ਦੇ ਰਾਸ਼ਟਰਪਤੀ ਹੀ ਪ੍ਰਥਮ ਵਿਅਕਤੀ ਹਨ ਭਾਰਤ ਦੇ। ਇੱਕ ਗੌਰਮੈਂਟ ਆਫ ਇੰਡੀਆ ਦਾ ਟੇਬਲ ਆਫ ਪ੍ਰੈਜ਼ੀਡੈਂਸ ਬਣਿਆ ਹੈ, ਜਿਹਦੇ ਵਿੱਚ ਕੀ ਹੈ, ਡਿਸੈਂਡਿੰਗ ਆਰਡਰ ਦੇ ਵਿੱਚ ਦਿੱਤਾ ਗਿਆ ਕਿ ਫਸਟ ਜਦੋਂ ਬੈਠਣਗੇ ਕਿਸੇ ਮੀਟਿੰਗ ਦੇ ਵਿੱਚ ਤਾਂ ਡਿਸੈਂਡਿੰਗ ਆਰਡਰ ਕਿਵੇਂ ਬੈਠਣਗੇ। ਉਸਦੇ ਵਿੱਚ ਸਭ ਤੋਂ ਪਹਿਲਾਂ ਭਾਰਤ ਦੇ ਰਾਸ਼ਟਰਪਤੀ ਬਣਦੇ ਹਨ, ਫਿਰ ਉਪ ਰਾਸ਼ਟਰਪਤੀ ਬਣਦੇ ਹਨ, ਫਿਰ ਪ੍ਰਧਾਨ ਮੰਤਰੀ ਬਣਦੇ ਹਨ। ਤਾਂ ਇਸ ਕਰਕੇ ਇੱਕ ਪ੍ਰੈਜ਼ੀਡੈਂਸ ਚੱਲਦਾ ਹੈਗਾ ਜਿਹਦੇ ਥਰੂ ਉਹਦੇ ਵਿੱਚ ਵੀ ਭਾਰਤ ਦੇ ਰਾਸ਼ਟਰਪਤੀ ਸਭ ਤੋਂ ਪਹਿਲੇ ਨੰਬਰ 'ਤੇ ਆਉਂਦੇ ਹਨ। ਹੁਣ ਆਪਾਂ ਗੱਲ ਕਰਾਂਗੇ ਦੂਸਰੇ ਅੰਗ ਦੀ, ਜਿਹਨੂੰ ਆਪਾਂ ਕਹਿੰਦੇ ਲੋਕ ਸਭਾ, ਹਾਊਸ ਆਫ ਪੀਪਲ। ਲੋਕ ਸਭਾ ਦਾ ਭਾਰਤ ਸੰਸਦ ਦਾ ਹੇਠਲਾ ਸਦਨ ਹੈ, ਆਪਾਂ ਹੁਣੇ ਕੀਤਾ ਸੀ, ਦੋ ਸਦਨ ਹੁੰਦੇ, ਇੱਕ ਉੱਪਰਲਾ ਇੱਕ ਨੀਚਲਾ। ਲੋਕ ਸਭਾ ਹੁੰਦਾ ਹੈ ਹੇਠਲਾ ਸਦਨ, ਦੇਸ਼ ਦੀ ਜਨਤਾ ਲੋਕ ਸਭਾ ਦੇ ਮੈਂਬਰਾਂ ਦੀ ਚੋਣ ਕਰਦੀ ਹੈ। ਜਿਹੜੇ ਲੋਕ ਸਭਾ ਦੇ ਇਲੈਕਸ਼ਨ ਹੁੰਦੇ ਹਨ ਆਪਾਂ ਦੇਖੇ ਹਨ ਕਿ ਆਪਾਂ ਹੁਣ ਪੰਜਾਬ 'ਚ ਹੀ ਆਪਾਂ ਜੇ ਗੱਲ ਕਰੀਏ ਤਾਂ ਪੰਜਾਬ 'ਚ ਤਿੰਨ ਚਾਰ ਤਰ੍ਹਾਂ ਦੇ ਇਲੈਕਸ਼ਨ ਹੁੰਦੇ ਹਨ। ਇੱਕ ਇਲੈਕਸ਼ਨ ਹੁੰਦੇ ਲੋਕ ਸਭਾ ਵਾਲੇ, ਇੱਕ ਹੁੰਦੇ ਹੁੰਦੇ ਵਿਧਾਨ ਸਭਾ ਵਾਲੇ, ਇੱਕ ਹੁੰਦੇ ਹੁੰਦੇ ਹੈ ਮਿਊਂਸੀਪਲ ਕਾਰਪੋਰੇਸ਼ਨ ਵਾਲੇ, ਇੱਕ ਹੁੰਦੇ ਹੁੰਦੇ ਪੰਚਾਇਤਾਂ ਵਾਲੇ। ਜਿਹੜਾ ਮਿਊਂਸੀਪਲ ਕਾਰਪੋਰੇਸ਼ਨ ਹੋ ਗਿਆ ਤਾਂ ਪੰਚਾਇਤਾਂ ਹੋ ਗਿਆ, ਇਹਨੂੰ ਤਾਂ ਆਪਾਂ ਕਹਿੰਦੇ ਲੋਕਲ ਬੋਡੀ ਗੌਰਮੈਂਟ, ਜੋ ਕਿ ਸਭ ਤੋਂ ਥਰੜੇ ਪੱਧਰ 'ਤੇ ਆਉਂਦੇ ਹਨ, ਥਰਡ ਟਾਇਰ 'ਤੇ ਆਉਂਦੇ ਹਨ। ਅਤੇ ਦੂਸਰੇ ਟਾਇਰ 'ਤੇ ਆਉਂਦੇ ਹਨ ਵਿਧਾਨ ਸਭਾ ਵਾਲੇ ਇਲੈਕਸ਼ਨ, ਜੋ ਕਿ ਪ੍ਰਤੱਖ ਤੌਰ 'ਤੇ ਹੁੰਦੇ ਹਨ। ਅਤੇ ਸਭ ਤੋਂ ਉੱਪਰ ਸਦਨ 'ਚ ਕਿਹੜੇ ਆਉਂਦੇ ਹਨ, ਸਭ ਤੋਂ ਉੱਪਰ ਲੈਵਲ 'ਤੇ ਕਿਹੜੇ ਆਉਂਦੇ ਹਨ, ਲੋਕ ਸਭਾ ਦੇ ਇਲੈਕਸ਼ਨ। ਤਾਂ ਜਿਹੜੇ ਲੋਕ ਸਭਾ ਦੇ ਹਲਕੇ ਹੁੰਦੇ ਹਨ, ਲੋਕ ਸਭਾ ਦਾ ਹਲਕਾ ਵਿਧਾਨ ਸਭਾ ਹਲਕੇ ਨਾਲ ਕਾਫੀ ਬੜਾ ਹੁੰਦਾ ਹੈ। ਅਤੇ ਇਸ ਪੂਰੇ ਹਲਕੇ ਜੋ ਚੁਣਾਵ ਹੁੰਦੇ ਹਨ ਤਾਂ ਦੇਸ਼ ਦੀ ਜਨਤਾ ਉਹਨਾਂ ਨੂੰ ਪ੍ਰਤੱਖ ਚੁਣਦੀ ਹੈ। ਲੋਕ ਸਭਾ ਦੇ ਹਲਕੇ ਦੇ ਜੇਤੂ ਉਮੀਦਵਾਰ ਜਿੱਤ ਕੇ
ਭਾਰਤ ਦੀ ਸਰਕਾਰ ਬਣਾਉਂਦੇ ਹਨ ਜਦੋਂ ਕਿ ਕੇਂਦਰ ਤੇ ਬਹਿੰਦੀ ਹੈ, ਅਤੇ ਵਿਧਾਨ ਸਭਾ ਦੇ ਹਲਕਿਆਂ ਚੋਂ ਚੁਣਾਵ ਜਿੱਤ ਕੇ ਤਾਂ ਉਹ ਵਿਧਾਨ ਮੰਡਲ ਜਾਂ ਕਿਸੇ ਸਟੇਟ ਦੀ ਸਰਕਾਰ ਬਣਾਉਂਦੀ ਹੈ। ਜਿਵੇਂ ਵਿਧਾਨ ਸਭਾ ਦੇ ਆਪਣੇ ਪੰਜਾਬ ਦੇ ਵਿਧਾਨ ਸਭਾ ਜਿੰਨੇ ਵੀ ਹਲਕੇ ਹਨ, ਕਿੰਨੇ ਹਲਕੇ ਹਨ, 117 ਹਲਕੇ, ਤਾਂ 117 ਹਲਕਾ ਦੇ ਜੇਤੂ ਮੈਂਬਰ ਮਿਲ ਕੇ ਉਹ ਆਪਣੇ ਪੰਜਾਬ ਦੀ ਸਰਕਾਰ ਬਣਾਉਣਗੇ। ਅਤੇ ਜੇ ਦੂਜੇ ਪਾਸੇ ਗੱਲ ਕਰੀਏ ਲੋਕ ਸਭਾ ਦੀ, ਤਾਂ ਲੋਕ ਸਭਾ ਦੇ ਹਲਕੇ ਹਨ 13 ਪੰਜਾਬ ਦੇ, ਤਾਂ 13 ਹਲਕਿਆਂ ਦੇ ਵਿੱਚੋਂ ਜਦੋਂ ਜੇਤੂ ਮੈਂਬਰ ਇਕੱਠੇ ਹੋਣਗੇ ਪਲੱਸ ਬਾਕੀ ਪੂਰੇ ਇੰਡੀਆ ਦੇ ਜਿੰਨੀਆਂ ਵੀ ਕੰਸਟੀਚੁਐਂਸੀ ਹਨ ਸਾਰੇ ਦੇ ਮੈਂਬਰ ਇਕੱਠੇ ਹੋ ਕੇ ਕੇਂਦਰ ਸਰਕਾਰ ਬਣਾਉਣਗੇ, ਤਾਂ ਪੂਰੇ ਇੰਡੀਆ ਦੇ ਵਿੱਚ ਕਿੰਨੀਆਂ ਸੀਟਾਂ ਹਨ, ਪੂਰੇ ਇੰਡੀਆ ਦੇ ਵਿੱਚ 530 ਮੈਂਬਰ ਹਨ, 550 ਮੈਂਬਰ ਹਨ, ਤੇ 550 ਮੈਂਬਰ ਹਨ ਜਿਹਦੇ ਵਿੱਚ 530 ਮੈਂਬਰ ਰਾਜਾਂ ਦੇ ਹੋਣ ਅਤੇ 20 ਮੈਂਬਰ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਹਨ। ਯਾਨੀ 530 ਹਲਕੇ ਤਾਂ ਜਿਹੜੇ ਅਲੱਗ ਅਲੱਗ ਵੱਖ ਵੱਖ ਰਾਜਾਂ ਚੋਂ ਇਕੱਠੇ ਹੋਣਗੇ, ਅਤੇ 20 ਹਲਕੇ ਉਹ ਹੋਣਗੇ ਜਿਹੜੇ ਕਿ ਵੱਖ ਵੱਖ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਵਿੱਚੋਂ ਲਏ ਜਾਣਗੇ। ਤਾਂ ਇਹ ਜਿਹੜਾ 550 ਮੈਂਬਰ ਵਾਲਾ ਪ੍ਰੋਵੀਜ਼ਨ ਹੈਗਾ ਇਹ 1971 ਦੀ ਜਨਸੰਖਿਆ ਦੇ ਆਧਾਰਿਤ ਹੈਗਾ। ਇਹ ਲਾਗੂ ਕਦੋਂ ਹੋਇਆ ਸੀਗਾ, ਇਹ ਲਾਗੂ ਹੋਇਆ 2001 ਦੇ ਵਿੱਚ, ਤੇ 2001 ਦੇ ਵਿੱਚ ਲਾਗੂ ਕਰਨ ਵੇਲੇ ਲਿਖਿਆ ਗਿਆ ਸੀਗਾ ਕਿ 550 ਮੈਂਬਰ ਵਾਲੇ ਜਿਹੜਾ ਪ੍ਰੋਵੀਜ਼ਨ ਹੈਗਾ ਇਹ 25 ਸਾਲ ਤੱਕ ਐਵੇਂ ਰਹੇਗਾ। ਯਾਨੀ ਕਿ ਹੁਣ ਮੈਂਬਰਾਂ ਦੀ ਜਿਹੜੀ ਗਿਣਤੀ ਹੈ ਇਹ 2026 ਤੱਕ ਇਹੀ ਰਹੇਗੀ, ਕਿਉਂਕਿ 2001 ਦੇ ਵਿੱਚ ਇੰਪਲੀਮੈਂਟ ਹੋਇਆ ਸੀਗਾ, ਤੇ 25 ਸਾਲ ਲਗਾ ਲੈਂਦੇ ਆਪਾਂ, 25 ਜਮ੍ਹਾਂ 26 2026 ਦੇ ਵਿੱਚ ਤੱਕ ਇਹ ਐਵੇਂ ਰਹੇਗਾ। ਜਿਹੜੇ ਬਾਕੀ ਹੁਣ ਇਨਕਰੀਜ਼ ਹੋਣੇ ਹੈ ਮੈਂਬਰ, ਜਿਹੜੀ ਸੰਖਿਆ ਦੀ ਵਧਣੀ ਹੈਗੀ ਹੈ, ਤਾਂ ਉਹ 2026 ਤੋਂ ਬਾਅਦ ਵਧੇਗੀ। ਤਾਂ ਹੁਣ ਜਿਹੜੇ 2024 ਦੇ ਇਲੈਕਸ਼ਨ ਆਉਣਗੇ ਉਹਦੇ ਵਿੱਚ 550 ਮੈਂਬਰ ਹੀ ਇਲੈਕਸ਼ਨ ਲੜ ਸਕਦੇ ਨੇ, 550 ਹੀ ਹਲਕੇ ਹਨ। ਇੱਕ ਇਹਦੇ ਵਿੱਚ ਪ੍ਰੋਵੀਜ਼ਨ ਹੋਰ ਸੀਗਾ ਜਿਹਦੇ ਵਿੱਚ ਸੀਗਾ ਕਿ 550 ਮੈਂਬਰ ਤਾਂ ਹੋਵੇ ਵੱਖ ਵੱਖ ਰਾਜਾਂ ਦੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵੱਖ ਵੱਖ ਹਲਕਿਆਂ ਦੇ, ਤਾਂ 2 ਮੈਂਬਰ ਕੌਣ ਨੋਮੀਨੇਟ ਕਰ ਸਕਦਾ ਸੀਗਾ, ਭਾਰਤ ਦੇ ਰਾਸ਼ਟਰਪਤੀ, ਤਾਂ ਭਾਰਤ ਦੇ ਰਾਸ਼ਟਰਪਤੀ ਨੂੰ ਅਧਿਕਾਰ ਸੀਗਾ ਕਿ ਉਹ ਇੰਡੀਆ ਦੇ ਵਿੱਚੋਂ ਕੋਈ ਵੀ 2 ਮੈਂਬਰ ਜੋ ਕਿ ਐਂਗਲੋ ਇੰਡੀਅਨ ਨਾਲ ਰਿਲੇਟ ਕਰਦੇ ਹੋਣ, ਅੰਗਲ ਭਾਰਤੀ ਨਾਲ ਦੇ ਦੀ ਬਰਾਦਰੀ ਦੇ ਹੋਣ, ਤਾਂ 2 ਮੈਂਬਰ ਉਹ ਨੋਮੀਨੇਟ ਕਰਦੇ ਸਨ। ਪਰੰਤੂ ਆ ਰੀਸੈਂਟਲੀ ਪਿਛਲੇ 2020 ਦੇ ਵਿੱਚ ਇਸ ਪ੍ਰੋਵੀਜ਼ਨ ਨੂੰ ਹਟਾਇਆ ਗਿਆ ਹੈ, ਹੁਣ ਮੈਂਬਰਾਂ ਦੀ ਗਿਣਤੀ ਸਿਰਫ 550 ਹੈ, ਤੇ ਮੈਂਬਰ ਦੀ ਗਿਣਤੀ 2026 ਤੱਕ 550 ਹੀ ਰਹੇਗੀ। ਹੁਣ ਆਪਾਂ ਗੱਲ ਕਰਾਂਗੇ ਕਿ ਇਹਨਾਂ ਨੂੰ ਵੋਟ ਕੌਣ ਪਾ ਸਕਦਾ ਹੈਗਾ, ਇਹਨਾਂ ਚੁਣਾਵ ਕੌਣ ਕਰ ਸਕਦਾ ਹੈਗਾ। ਭਾਰਤ ਦੇ ਨਾਗਰਿਕ ਜਿਨ੍ਹਾਂ ਦੀ ਉਮਰ 18 ਸਾਲ ਜਾਂ ਤੋਂ ਵੱਧ ਹੈਗੀ ਹੈ ਉਹਨਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ ਹੈ। ਜਿਹੜੇ 18 ਸਾਲ ਦੀ ਉਮਰ ਵਾਲਾ ਪ੍ਰੋਵੀਜ਼ਨ ਹੈਗਾ ਇਹ ਆਇਆ ਸੀਗਾ ਸਾਨੂੰ 1988 ਦੇ ਵਿੱਚ, ਸਾਨੂੰ 1988 ਦੇ ਵਿੱਚ 61ਵੀਂ ਸੰਸਦ ਹੋਈ ਸੀ ਜਿਹਦੇ ਵਿੱਚ ਇਹ ਕਿਹਾ ਗਿਆ ਸੀ, ਕਾਨੂੰਨ ਸੋਚ ਕਿਹਾ ਗਿਆ ਸੀਗਾ ਕਿ ਜਿਸ ਨਾਗਰਿਕ ਦੀ ਉਮਰ 18 ਸਾਲ ਜਾਂ ਤੋਂ ਵੱਧ ਹੈਗੀ ਹੈ ਉਸਨੂੰ ਵੋਟ ਪਾਉਣ ਦਾ ਅਧਿਕਾਰ ਹੈਗਾ ਜੋ ਕਿ ਭਾਰਤ ਦਾ ਨਾਗਰਿਕ ਹੈਗਾ। ਪਰੰਤੂ ਪਹਿਲਾਂ ਇਹ ਉਮਰ ਸੀਗੀ 21 ਸਾਲ, ਯਾਨੀ ਆਪਣਾ ਦੇਸ਼ ਜਦੋਂ ਯਾਦ ਹੋਇਆ ਤਾਂ ਉਸ ਤੋਂ ਬਾਅਦ ਜਦੋਂ ਆਪਣਾ ਸੰਵਿਧਾਨ ਲਾਗੂ ਹੋਇਆ ਸੀਗਾ 1950 ਦੇ ਵਿੱਚ, ਤਾਂ ਉਸ ਸਮੇਂ ਇਸ ਉਮਰ ਦਾ ਜਿਹੜਾ ਵਿਵਰਣ ਮਿਲਦਾ ਹੈਗਾ ਉਹ ਮਿਲਦਾ 21 ਸਾਲ ਦਾ, ਅਤੇ 1988 ਦੇ ਵਿੱਚ ਯਾਨੀ ਕਾਫ਼ੀ ਲੰਬੇ ਸਮੇਂ ਬਾਅਦ ਇਸ ਨੂੰ ਸੋਧ ਕਰਕੇ 21 ਸਾਲ ਤੋਂ ਘਟਾ ਕੇ 18 ਸਾਲ ਕੀਤੀ ਗਈ ਸੀ। ਅਤੇ ਮੌਜੂਦਾ ਸਮੇਂ ਦੇ ਵਿੱਚ ਵੀ ਜਿਹਦੀ ਉਮਰ ਜਿਹੜੇ ਭਾਰਤੀ ਨਾਗਰਿਕ ਦੀ ਉਮਰ 18 ਸਾਲ ਜਾਂ ਤੋਂ ਵੱਧ ਹੈਗੀ ਹੈ
ਉਹਨੂੰ ਵੋਟ ਪਾਉਣ ਦਾ ਪੂਰਾ ਪੂਰਾ ਅਧਿਕਾਰ ਹੈਗਾ ਹੈ, ਬਸ਼ਰਤੇ ਉਹ ਆਪਣੇ ਵੋਟ ਬਣਾ ਲਵੇ। ਦੂਜੀ ਆਪਾਂ ਗੱਲ ਕਰੀਏ ਕਿ ਲੋਕ ਸਭਾ ਦੀ ਮਨਿਆਦ ਦੀ, ਤਾਂ ਆਪਾਂ ਸਾਰੇ ਜਾਣਦੇ ਹਾਂ ਜਿਹੜੇ ਇਲੈਕਸ਼ਨ ਹੁੰਦੇ ਹਨ ਲੋਕ ਸਭਾ ਦੇ ਉਹ ਹਰ 5 ਸਾਲ ਬਾਅਦ ਹੁੰਦੇ ਹਨ, ਇਸ ਕਰਕੇ ਇਹਦੀ ਮਨਿਆਦ ਮੈਕਸੀਮਮ 5 ਸਾਲ ਹੁੰਦੀ ਹੈ, ਪਰੰਤੂ ਇਹ 5 ਸਾਲ ਤੋਂ ਪਹਿਲਾਂ ਵੀ ਭੰਗ ਹੋ ਸਕਦੀ ਹੈ। ਜਾਂ ਤਾਂ ਆਪਣੇ ਆਪ ਕੁਦਰਤੀ ਤੌਰ 'ਤੇ ਭੰਗ ਹੋ ਜਾਏਗੀ, ਜਿਵੇਂ ਕਿ ਸਰਕਾਰ ਦਾ ਗਿਰ ਜਾਣਾ, ਜਿੱਥੇ ਮਿਸ਼ਰਤ ਪਾਰਟੀ ਹਨ ਕਿਸੇ ਇੱਕ ਪਾਰਟੀ ਦਾ ਸਮਰਥਨ ਵਾਪਸ ਲੈ ਲੈਣਾ, ਸੰਵਿਧਾਨ ਦੇ ਨਿਯਮਾਂ ਦੀ ਪਾਲਣਾ ਨਹੀਂ ਕਰਨੀ, ਤਾਂ ਅਜੇ ਕਈ ਰੀਜ਼ਨਸ ਹਨ ਜਿਨ੍ਹਾਂ ਕਰਕੇ ਸਰਕਾਰ 5 ਸਾਲ ਤੋਂ ਪਹਿਲਾਂ ਭੰਗ ਹੋ ਸਕਦੀ ਹੈ। ਅਦਰਵਾਈਜ਼ ਭਾਰਤ ਦੇ ਰਾਸ਼ਟਰਪਤੀ ਚਾਹੁਣ ਤਾਂ ਜਦੋਂ ਮਰਜ਼ੀ 5 ਸਾਲ ਕਰ ਸਕਦੇ ਹਨ, 5 ਸਾਲ ਤੋਂ ਪਹਿਲਾਂ ਜਦੋਂ ਮਰਜ਼ੀ ਭੰਗ ਕਰ ਸਕਦੇ ਹਨ। ਹੁਣ ਆਪਾਂ ਗੱਲ ਕਰਾਂਗੇ ਲੋਕ ਸਭਾ ਦੇ ਮੈਂਬਰ ਦੀ ਯੋਗਤਾ, ਕਿ ਲੋਕ ਸਭਾ ਦੇ ਜਿਹੜੇ ਵੋਟਾਂ 'ਚ ਖੜ੍ਹਦੇ ਹਨ ਉਮੀਦਵਾਰ, ਉਹਨਾਂ ਦੀ ਕੀ ਯੋਗਤਾ ਹੁੰਦੀ ਹੈ? ਸਭ ਤੋਂ ਪਹਿਲੀ ਯੋਗਤਾ ਹੁੰਦੀ ਹੈ ਭਾਰਤ ਦੇ ਨਾਗਰਿਕ ਹੋਣ, ਕਿਉਂਕਿ ਭਾਰਤ ਦਾ ਚੁਣਾਵ ਉਹੀ ਬੰਦਾ ਲੜ ਸਕਦਾ ਜਿਹੜਾ ਕਿ ਭਾਰਤ ਦਾ ਸਿਟੀਜ਼ਨ ਹੋਵੇ। ਉਹਦੀ ਉਮਰ ਘੱਟੋ ਘੱਟ 25 ਸਾਲ ਹੋਵੇ। ਇਸ ਤੋਂ ਇਲਾਵਾ ਕਾਨੂੰਨ ਦੁਆਰਾ ਦਿੱਤੀ ਗਈ ਸਾਰੀ ਯੋਗਤਾਵਾਂ ਰੱਖਦੇ ਹੋਣ, ਫੁਲਫਿਲ ਕਰਦੇ ਹੋਣ ਜਿੰਨੀ ਇਲੀਜੀਬਿਲਟੀ ਹੈ। ਨੈਕਸਟ ਕੀ ਹੈ, ਕੋਈ ਵੀ ਉਮੀਦਵਾਰ ਭਾਰਤ ਦੇ ਕਿਸੇ ਵੀ ਲੋਕ ਸਭਾ ਖੇਤਰ ਤੋਂ ਚੋਣ ਲੜ ਸਕਦੇ ਹਨ। ਇਹ ਸਭ ਤੋਂ ਵੱਡਾ ਇੱਕ ਸਹੂਲਤ ਦਿੱਤੀ ਗਈ ਹੈ ਕਿ ਕੋਈ ਬੰਦਾ ਜੇ ਪੰਜਾਬ ਦਾ ਵੀ ਹੈਗਾ, ਜੋ ਚਾਹੇ ਕਿ ਮੈਂ ਮਹਾਰਾਸ਼ਟਰ ਜਾਂ ਗੁਜਰਾਤ ਜਾਂ ਹਰਿਆਣੇ ਜਾ ਕੇ ਲੋਕ ਸਭਾ ਹਲਕੇ ਦੇ ਚੁਣਾਵ ਲੜਾਂ, ਤਾਂ ਉਹਨੂੰ ਚੁਣਾਵ ਲੜਨ ਦਾ ਪੂਰਾ ਅਧਿਕਾਰ ਹੈਗਾ। ਇਹ ਭਾਰਤ ਦੇ ਕਿਸੇ ਵੀ ਲੋਕ ਸਭਾ ਖੇਤਰ ਚੁਣਾਵ ਲੜ ਸਕਦੇ ਹਨ। ਚੋਣ ਵੇਲੇ ਉਸ ਕੋਲ ਕੋਈ ਵੀ ਲਾਭ ਦੀ ਪਦਵੀ ਨਾ ਹੋਵੇ ਅਤੇ ਉਸ ਉਮੀਦਵਾਰ ਨੂੰ ਕੋਰਟ ਦੁਆਰਾ, ਜਿਹੜੀ ਅਦਾਲਤ ਦੁਆਰਾ ਦਿਵਾਲੀਆ ਘੋਸ਼ਿਤ ਨਾ ਕੀਤਾ ਗਿਆ ਹੋਵੇ। ਇਹ ਸਾਰੀਆਂ ਐਲੀਜੀਬਿਲਟੀ ਹਨ ਕਿਸੇ ਵੀ ਲੋਕ ਸਭਾ ਦਾ ਚੁਣਾਵ ਲੜਨ ਵਾਸਤੇ, ਉਮੀਦਵਾਰ ਵਾਸਤੇ। ਫਿਰ ਆਪਾਂ ਗੱਲ ਕਰਦੇ ਯੋਗਤਾ ਤੋਂ ਬਾਅਦ ਅਯੋਗਤਾ ਕੀ ਹੁੰਦੀ ਹਨ, ਕਿ ਕਿਸ ਗਰਾਊਂਡ 'ਤੇ ਡਿਸਕੁਆਲੀਫਿਕੇਸ਼ਨ ਹੋ ਜਾਂਦੀ ਹੈ ਮੈਂਬਰ ਦੀ। ਕੋਈ ਵੀ ਮੈਂਬਰ ਦੋਵੇਂ ਸਦਨਾਂ ਦਾ ਮੈਂਬਰ ਨਹੀਂ ਰਹਿ ਸਕਦਾ। ਜੇਕਰ ਕੋਈ ਉਮੀਦਵਾਰ ਇੱਕ ਤੋਂ ਵੱਧ ਖੇਤਰ ਦੇ ਚੋਣ ਲੜਦਾ ਹੈ ਅਤੇ ਸਾਰੇ ਖੇਤਰਾਂ ਦੇ ਚੋਣ ਜਿੱਤ ਜਾਂਦਾ ਹੈ, ਲਾਸਟ ਵਿੱਚ ਉਸਨੂੰ ਇੱਕ ਹੀ ਸੀਟ ਦਿੱਤੀ ਜਾਵੇਗੀ। ਸਭ ਤੋਂ ਪਹਿਲੀ ਆਪਾਂ ਗੱਲ ਕੀਤੀ ਕਿ ਕੋਈ ਵੀ ਮੈਂਬਰ ਦੋਵੇਂ ਸਦਨਾਂ ਦਾ ਮੈਂਬਰ ਨਹੀਂ ਰਹਿ ਸਕਦਾ, ਮਤਲਬ ਜੇ ਕੋਈ ਉਮੀਦਵਾਰ ਜੋ ਕਿਸੇ ਰਾਜ ਵਿਧਾਨ ਸਭਾ ਦਾ ਮੈਂਬਰ ਹੈਗਾ ਹੈ, ਤਾਂ ਉਸਨੂੰ ਲੋਕ ਸਭਾ ਦਾ ਚੋਣ ਲੜਨਾ ਪੈਂਦਾ ਹੈ, ਤਾਂ ਉਹਨੂੰ ਵਿਧਾਨ ਸਭਾ ਵਾਲੀ ਆਪਣੀ ਸੀਟ ਛੱਡਣੀ ਪਵੇਗੀ, ਫਿਰ ਸਟੇਟ ਵਾਲੀ ਸੀਟ ਛੱਡਣੀ ਪਵੇਗੀ। ਇਸੇ ਤਰ੍ਹਾਂ ਕੋਈ ਵੀ ਮੈਂਬਰ ਜੇ ਰਾਜ ਸਭਾ ਦਾ ਮੈਂਬਰ ਹੈ, ਤਾਂ ਉਸਨੂੰ ਲੋਕ ਸਭਾ ਦਾ ਜੇ ਜਿੱਤ ਗਿਆ ਹੈ ਚੁਣਾਵ, ਤਾਂ ਜਿੱਤਣ ਤੋਂ ਬਾਅਦ ਜੇ ਉਹ ਲੋਕ ਸਭਾ ਦੇ ਵਿੱਚ ਆਉਣਾ ਚਾਹੁੰਦਾ ਹੈਗਾ, ਤਾਂ ਉਹਨੂੰ ਰਾਜ ਸਭਾ ਦਾ ਪਦ ਆਪਣਾ ਛੱਡਣਾ ਪਵੇਗਾ। ਤਾਂ ਕੋਈ ਵੀ ਮੈਂਬਰ ਨਾ ਤਾਂ ਦੋਨੋਂ ਯੂਨੀਅਨ ਲੈਵਲ ਦੇ ਸਦਨਾਂ 'ਚ ਰਹਿ ਸਕਦਾ ਹੈ, ਨਾ ਹੀ ਯੂਨੀਅਨ ਅਤੇ ਸਟੇਟ ਦੇ ਵਿੱਚ ਇਕੱਠੇ ਰਹਿ ਸਕਦਾ ਹੈ। ਦੂਸਰੀ ਗੱਲ, ਜੇ ਕੋਈ ਉਮੀਦਵਾਰ ਇੱਕ ਤੋਂ ਵੱਧ ਖੇਤਰ ਵਿੱਚ ਚੁਣਾਵ ਲੜਦਾ ਹੈ, ਇੱਕ ਇਹ ਵੀ ਫੈਸਿਲਿਟੀ ਹੁੰਦੀ ਹੈ, ਦੋ ਫੈਸਿਲਿਟੀਆਂ ਹੁੰਦੀਆਂ ਹਨ ਉਮੀਦਵਾਰਾਂ ਨੂੰ, ਇੱਕ ਤਾਂ ਪੂਰੇ ਇੰਡੀਆ ਦੇ ਵਿੱਚ ਕਿਤੇ ਵੀ ਚੁਣਾਵ ਲੜ ਸਕਦੇ ਹਨ, ਦੂਜੀ ਫੈਸਿਲਿਟੀ ਕੀ ਹੁੰਦੀ ਹੈ, ਇੱਕ ਤੋਂ ਵੱਧ ਹਲਕੇ ਦੇ ਚੁਣਾਵ ਲੜ ਸਕਦੇ ਹਨ। ਅਤੇ ਜੇ ਕੋਈ ਉਮੀਦਵਾਰ
ਲੋਕ ਸਭਾ ਦੇ ਚੁਣਾਵ ਦੇ ਵਿੱਚ ਇੱਕ ਤੋਂ ਵੱਧ ਖੇਤਰ ਦੇ ਵਿੱਚ ਚੋਣ ਲੜਦਾ ਹੈ ਅਤੇ ਉਹ ਸਾਰੇ ਖੇਤਰਾਂ 'ਚ ਚੋਣ ਜਿੱਤੀ ਜਾਂਦਾ ਜਿੱਥੇ ਖੜਾ ਹੁੰਦਾ ਹੈ। ਫਰਜ਼ ਕਰ ਲਓ ਦੋ ਖੇਤਰਾਂ 'ਤੇ ਖੜੇ ਤਾਂ ਦੋਨੇ ਚੋਣ ਜਿੱਤ ਗਏ, ਪਰੰਤੂ ਉਸਨੂੰ ਇੱਕ ਸੀਟ ਹੀ ਦਿੱਤੀ ਜਾਵੇਗੀ ਅਤੇ ਉਹਨੂੰ ਦੂਸਰੀ ਸੀਟ ਆਪਣੀ ਖਾਲੀ ਛੱਡਣੀ ਪਵੇਗੀ। ਤਾਂ ਜਿਹੜੀ ਸੀਟ ਖਾਲੀ ਛੱਡਣਗੇ ਉਹ ਤੇ ਉਸ ਸਮੇਂ ਤੋਂ ਬਾਅਦ ਜ਼ਿਮਨੀ ਚੋਣਾਂ ਹੋਣਗੀਆਂ ਜਿਹਨੂੰ ਕਿ ਆਪਾਂ ਬਾਈ ਇਲੈਕਸ਼ਨ ਕਹਿੰਦੇ ਹਾਂ। ਤਾਂ ਇਹ ਹੋ ਗਈਆਂ ਗਰਾਊਂਡਸ ਹੋ ਗਈਆਂ ਕਿਸ ਗਰਾਊਂਡ ਤੇ ਪਾਰਲੀਮੈਂਟ ਦੀ ਮੈਂਬਰਸ਼ਿਪ ਡਿਸਕੁਆਲੀਫਾਈ ਹੋ ਸਕਦੀ ਹੈ। ਹੋਰ ਕਿਹੜੇ ਸਦਨ ਹੋਰ ਕਿਹੜੇ ਰੀਜ਼ਨ ਹਨ? ਜੇ ਕੋਈ ਮੈਂਬਰ ਸਦਨ ਸੈਸ਼ਨ ਦੇ ਵਿੱਚ 60 ਦਿਨ ਤੋਂ ਵੱਧ ਗੈਰਹਾਜ਼ਰ ਜਾਵੇ ਬਿਨਾਂ ਸੂਚੀ ਕੀਤੇ ਹੋਏ, ਯਾਨੀ ਕਿ ਕੋਈ ਵੀ ਮੈਂਬਰ ਆਫ ਪਾਰਲੀਮੈਂਟ ਸਦਨ ਦੇ ਵਿੱਚ ਜਦੋਂ ਸਦਨ ਸੈਸ਼ਨ ਚੱਲ ਰਿਹਾ ਹੁੰਦਾ ਹੈ ਤੇ ਉਸ ਸਮੇਂ 60 ਦਿਨ ਤੋਂ ਵੱਧ ਗੈਰਹਾਜ਼ਰ ਜਾਵੇ ਵਿਦਆਊਟ ਐਨੀ ਪ੍ਰਾਇਰ ਇਨਫੋਰਮੇਸ਼ਨ, ਤਾਂ ਉਸਨੂੰ ਵੀ ਡਿਸਕੁਆਲੀ ਕੀਤਾ ਜਾਏਗਾ। ਨੈਕਸਟ ਕੀ ਹੈ, ਜੇ ਕੋਈ ਮੈਂਬਰ ਭਾਰਤ ਨੂੰ ਛੱਡ ਕੇ ਦੂਜੇ ਦੇਸ਼ ਦੀ ਨਾਗਰਿਕਤਾ ਹਾਸਲ ਕਰ ਲਵੇ ਤਾਂ ਉਸਨੂੰ ਵੀ ਉਸ ਮੈਂਬਰਸ਼ਿਪ ਤੋਂ ਉਹਨੂੰ ਡਿਸਕੁਆਲੀਫਾਈ ਕੀਤਾ ਜਾਵੇਗਾ, ਚਾਹੇ ਉਹ ਲੋਕ ਸਭਾ ਦਾ ਮੈਂਬਰ ਹੋਵੇ ਚਾਹੇ ਰਾਜ ਸਭਾ ਦਾ ਹੋਵੇ। ਆਪਾਂ ਫਿਲਹਾਲ ਆਪਾਂ ਗੱਲ ਕਰ ਰਹੇ ਹਾਂ ਲੋਕ ਸਭਾ ਦੀ, ਤਾਂ ਲੋਕ ਸਭਾ ਦੇ ਵਿੱਚ ਉਹਨੂੰ ਮੈਂਬਰਸ਼ਿਪ ਉਹਦੀ ਖਤਮ ਕੀਤੀ ਜਾਵੇਗੀ ਜੇ ਕੋਈ ਵਿਅਕਤੀ ਭਾਰਤ ਛੱਡ ਕੇ ਦੂਸਰੇ ਦੇਸ਼ ਦੀ ਨਾਗਰਿਕਤਾ ਲੈ ਲੈਂਦਾ ਹੈ। ਕਿਉਂਕਿ ਸਭ ਤੋਂ ਪਹਿਲਾਂ ਐਲੀਜੀਬਿਲਟੀ ਕੀ ਹੈ ਜੀ, ਭਾਰਤ ਦਾ ਨਾਗਰਿਕ ਹੋਵੇ, ਜੋ ਭਾਰਤ ਦੇ ਨਾਗਰਿਕ ਹੀ ਨਹੀਂ ਰਹੇ ਤਾਂ ਲੋਕ ਸਭਾ ਦੇ ਵੀ ਮੈਂਬਰ ਨਹੀਂ ਰਹਿ ਸਕਦੇ। ਫਿਰ ਆਪਾਂ ਗੱਲ ਕਰਾਂਗੇ ਰਾਜ ਸਭਾ ਦੀ, ਜਿਵੇਂ ਆਪਾਂ ਹੁਣੇ ਗੱਲ ਕੀਤੀ ਲੋਕ ਸਭਾ ਦੀ, ਹੁਣ ਆਪਾਂ ਗੱਲ ਕਰਾਂਗੇ ਰਾਜ ਸਭਾ ਦੀ। ਰਾਜ ਸਭਾ ਕੀ ਹੈ? ਰਾਜ ਸਭਾ ਦੂਸਰਾ ਸਦਨ ਹੈ ਸੰਸਦ ਦਾ, ਜਿਹਨੂੰ ਕਿ ਆਪਾਂ ਅਪਰ ਹਾਊਸ ਜਾਂ ਉਪਰਲਾ ਸਦਨ ਕਹਿੰਦੇ ਹਾਂ। ਰਾਜ ਸਭਾ ਭਾਰਤ ਦਾ ਉਪਰਲਾ ਸਦਨ ਹੈ, ਭਾਰਤ ਸੰਸਦ ਦਾ। ਇਸਦੇ ਮੈਂਬਰ ਗਿਣਤੀ ਹੈ 250 ਯਾਦ ਰੱਖਣਾ, ਉੱਧਰ ਆਪਾਂ ਕੀਤੀ 550, ਇੱਧਰ ਹੈਗੀ 250। ਤਾਂ 250 ਦੇ ਵਿੱਚ ਕੁਛ ਮੈਂਬਰ ਐਸੇ ਹਨ ਜਿਹਨੂੰ ਕਿ ਭਾਰਤ ਦੇ ਰਾਸ਼ਟਰਪਤੀ ਨੋਮੀਨੇਟ ਕਰਦੇ ਹਨ। ਕਿੰਨੇ ਮੈਂਬਰ ਕਰ ਸਕਦੇ ਹਨ? 12 ਮੈਂਬਰ। ਆਪਾਂ ਹੁਣੇ ਕੀਤਾ ਹੈ ਕਿ ਲੋਕ ਸਭਾ ਦੇ ਵਿੱਚ ਰਾਸ਼ਟਰਪਤੀ ਕਿੰਨੇ ਮੈਂਬਰ ਚੁਣ ਸਕਦੇ ਸਨ? 2 ਮੈਂਬਰ। ਪਰ 2 ਮੈਂਬਰ ਚੁਣਨ ਵਾਲਾ ਜਿਹੜਾ ਕਲੋਜ਼ ਸੀ ਉਹ ਖਤਮ ਹੋ ਗਿਆ 2020 ਤੋਂ, ਹੁਣ ਉਹਦੇ ਵਿੱਚ ਲੋਕ ਸਭਾ 'ਚ ਭਾਰਤ ਦੇ ਰਾਸ਼ਟਰਪਤੀ ਕੋਈ ਵੀ ਮੈਂਬਰ ਨਹੀਂ ਚੁਣ ਸਕਦੇ। ਜਿਹੜੇ ਉਹਦੇ ਵਿੱਚ ਚੁਣਦੇ ਹੁੰਦੇ ਸੀ ਉਹ ਹੁੰਦੇ ਸੀ ਐਂਗਲੋ ਇੰਡੀਅਨ ਮੈਂਬਰ, ਪਰੰਤੂ ਇਹਦੇ ਵਿੱਚ ਕ੍ਰਾਈਟੇਰੀਆ ਅਲੱਗ ਹੈ। ਇਹਦੇ ਵਿੱਚ ਜਿਹੜੇ ਮੈਂਬਰ ਚੁਣੇ ਜਾਣਗੇ 12 ਮੈਂਬਰ, ਉਹ ਅਲੱਗ ਅਲੱਗ ਫੀਲਡ ਦੇ ਵਿੱਚ ਮਹਾਰਤ ਕੀਤੇ ਹੋਏ ਲੋਕ ਹੁੰਦੇ ਹਨ, ਜਿਵੇਂ ਲਿਟਰੇਚਰ ਹੋ ਗਿਆ ਜਿਹਨੂੰ ਆਪਾਂ ਸਾਹਿਤ ਕਹਿੰਦੇ ਹਾਂ, ਸਾਇੰਸ ਹੋ ਗਿਆ ਜਿਹਨੂੰ ਵਿਗਿਆਨ ਕਹਿੰਦੇ ਹਾਂ, ਆਰਟ ਹੋ ਗਿਆ ਅਤੇ ਸੋਸ਼ਲ ਸਰਵਿਸ ਹੋ ਗਈ ਜਿਹਨੂੰ ਆਪਾਂ ਸਮਾਜ ਸੇਵਾ ਕਹਿੰਦੇ ਹਾਂ। ਤਾਂ ਇਹਨਾਂ ਫੀਲਡਾਂ ਦੇ ਵਿੱਚੋਂ ਮਹਾਰਤ ਹਾਸਲ ਕੀਤੇ ਹੋਏ ਬੰਦਿਆਂ ਨੂੰ ਰਾਸ਼ਟਰਪਤੀ ਕੋਈ 12 ਬੰਦਿਆਂ ਨੂੰ ਨੋਮੀਨੇਟ ਕਰਦੇ ਹਨ। ਅਤੇ ਆਹ ਵਾਲਾ ਕਲੋਜ਼ ਹਲੇ ਵੀ ਹੈਗਾ ਨੋਮੀਨੇਸ਼ਨ ਦਾ, ਜਿਹੜਾ ਨੋਮੀਨੇਸ਼ਨ ਦਾ ਕਲੋਜ਼ ਸਿਰਫ ਲੋਕ ਸਭਾ ਦਾ ਹਟਿਆ ਹੈ, ਰਾਜ ਸਭਾ ਦਾ ਉਹ ਵੀ ਪਿਆ ਹੈਗਾ। ਇਸ ਤੋਂ ਇਲਾਵਾ 250 ਦੇ ਵਿੱਚੋਂ 12 ਮੈਂਬਰ ਤਾਂ ਨੋਮੀਨੇਟ ਹੋ ਗਏ ਰਾਸ਼ਟਰਪਤੀ ਦੁਆਰਾ, ਜਿਹੜੇ ਬਚ ਗਏ 238 ਮੈਂਬਰ। ਤਾਂ ਜਿਹੜੇ 238 ਮੈਂਬਰ ਹੁੰਦੇ ਹਨ ਇਹਨਾਂ ਦਾ ਜਿਹੜਾ ਚੋਣ ਹੁੰਦੀ ਹੈਗੀ ਹੈ ਇਹ ਹੁੰਦੀ ਅਪ੍ਰਤੱਖ ਤਰੀਕੇ ਨਾਲ, ਅਤੇ 238 ਮੈਂਬਰ ਰਾਜ ਵਿਧਾਨ ਸਭਾ ਤੋਂ ਚੁਣ ਕੇ ਆਉਂਦੇ ਹਨ, ਕਿਉਂਕਿ ਇਹਨਾਂ ਜਿਹੜੀ ਚੋਣ ਹੁੰਦੀ ਹੈ ਉਹ ਰਾਜ ਵਿਧਾਨ ਸਭਾ ਦੇ ਲੈਵਲ 'ਤੇ ਹੁੰਦੀ ਹੈ, ਉਹੀ ਰਾਜ ਵਿਧਾਨ ਸਭਾ ਸਰਕਾਰਾਂ ਹੀ ਆਪਣੇ ਸਟੇਟ ਦੇ ਵਿੱਚੋਂ ਮੈਂਬਰ ਚੁਣ ਕੇ
ਰਾਜ ਸਭਾ ਵਿੱਚ ਭੇਜਦੇ ਹਨ। ਇਹਨਾਂ ਜਿਹੜਾ ਚੁਣਾਵ ਹੁੰਦਾ ਹੈ ਉਹ ਇਨਡਾਇਰੈਕਟ ਤਰੀਕੇ ਨਾਲ ਹੁੰਦਾ ਹੈ। ਇਹਦੇ ਵਿੱਚ ਭਾਰਤ ਦੀ ਜਨਤਾ ਨਹੀਂ ਚੁਣਦੀ, ਇਹਦੇ ਵਿੱਚ ਭਾਰਤ ਦੀ ਜਨਤਾ ਦੇ ਰੀਪ੍ਰੈਜੈਂਟੇਟਿਵ ਚੁਣਦੇ ਹਨ, ਜਿਹੜੇ ਆਪਾਂ ਨੁਮਾਇੰਦੇ ਚੁਣੇ ਸਨ ਉਹੀ ਅੱਗੇ ਚੁਣਦੇ ਹਨ। ਰਾਜ ਸਭਾ ਦੇ ਮੈਂਬਰ ਦੀ ਗਿਣਤੀ ਰਾਜ ਦੀ ਆਬਾਦੀ ਦੇ ਆਧਾਰ ਤੇ ਹੁੰਦੀ ਹੈ, ਜਿਹੜੀ ਆਪਾਂ ਹੁਣੇ ਗੱਲ ਕੀਤੀ ਸੀ ਕਿ ਲੋਕ ਸਭਾ ਦੇ 550 ਹਲਕੇ ਹੁੰਦੇ ਹਨ, ਤਾਂ 550 ਹਲਕੇ ਜਿਹੜੀ ਹੁੰਦੀ ਹੈ ਉਹ ਹੈਗੀ ਹੈ ਪੂਰੇ ਦੇਸ਼ ਦੀ, ਦੇਸ਼ ਦੀ ਜਨਸੰਖਿਆ ਆਧਾਰ ਤੇ ਉਹਨੂੰ ਹਲਕੇ ਨੂੰ ਆਪਾਂ ਵੰਡਿਆ ਗਿਆ ਹੈ। ਪਰੰਤੂ ਜੇ ਆਪਾਂ ਰਾਜ ਸਭਾ ਦੇ ਮੈਂਬਰ ਗਿਣਤੀ ਕਰੀਏ ਤਾਂ ਰਾਜ ਸਭਾ ਦੇ ਮੈਂਬਰ ਜਿਹੜੀ ਗਿਣਤੀ ਹੁੰਦੀ ਹੈ ਉਹ ਰਾਜਾਂ ਦੀ ਆਬਾਦੀ ਆਧਾਰ ਤੇ ਨਿਸ਼ਚਿਤ ਹੁੰਦੀ ਹੈ ਕਿ ਕਿਸ ਰਾਜ ਦੇ ਕਿੰਨੇ ਮੈਂਬਰ ਜਾਣਗੇ। ਇਸੇ ਤਰ੍ਹਾਂ ਜੇ ਆਪਾਂ ਗੱਲ ਕਰੀਏ ਪੰਜਾਬ ਦੀ ਤਾਂ ਪੰਜਾਬ ਦੇ ਵਿੱਚੋਂ 7 ਸੀਟਾਂ ਹਨ ਰਾਜ ਸਭਾ ਦੀਆਂ, ਤਾਂ ਪੰਜਾਬ ਵਿਧਾਨ ਸਭਾ 7 ਮੈਂਬਰ ਚੁਣ ਕੇ ਰਾਜ ਸਭਾ ਦੇ ਵਿੱਚ ਭੇਜ ਸਕਦੇ ਹਨ। ਇਸੇ ਤਰ੍ਹਾਂ ਆਪਾਂ ਗੱਲ ਕਰੀਏ ਯੂਪੀ ਦੀ, ਜਿਹਨੂੰ ਆਪਾਂ ਉੱਤਰ ਪ੍ਰਦੇਸ਼ ਕਹਿੰਦੇ ਹਾਂ, ਉਹਦੇ ਮੈਕਸੀਮਮ 31 ਮੈਂਬਰ ਤੱਕ ਚੁਣ ਕੇ ਭੇਜੇ ਜਾ ਸਕਦੇ ਹਨ। ਤਾਂ ਹਰ ਇੱਕ ਸਟੇਟ ਦੀ ਗਿਣਤੀ ਨਿਸ਼ਚਿਤ ਕੀਤੀ ਗਈ ਹੈ ਔਰ ਇਸ ਗਿਣਤੀ ਦਾ ਵਿਵਰਣ ਆਪਣੇ ਭਾਰਤੀ ਸੰਵਿਧਾਨ ਦੇ ਸ਼ਡਿਊਲ 4 ਦੇ ਵਿੱਚ ਦਿੱਤਾ ਗਿਆ ਹੈ। ਨੈਕਸਟ, ਇਹ ਸਦਨ ਕਦੇ ਭੰਗ ਨਹੀਂ ਹੁੰਦਾ, ਆਪਾਂ ਹੁਣੇ ਕੀਤਾ ਸੀਗਾ, ਪਰੰਤੂ ਇਹਦੇ 1/3 ਮੈਂਬਰ ਯਾਨੀ 1/3 ਮੈਂਬਰ ਹਰੇਕ 2 ਸਾਲ ਬਾਅਦ ਰਿਟਾਇਰ ਹੋ ਜਾਂਦੇ ਹਨ, ਯਾਨੀ ਕਿ ਤੀਜਾ ਹਿੱਸਾ ਹਰ 2 ਸਾਲ ਬਾਅਦ ਰਿਟਾਇਰ ਹੋ ਜਾਂਦਾ ਹੈ, ਉਹਦੀ ਜਗ੍ਹਾ 'ਤੇ ਨਵੇਂ ਨੋਮੀਨੇਟ ਕੀਤੇ ਜਾਂਦੇ ਹਨ। ਤਾਂ ਸਰਕਲ ਐਵੇਂ ਚੱਲਦਾ ਰਹਿੰਦਾ, ਇਹ ਕਦੇ ਵੀ ਸਦਨ ਭੰਗ ਨਹੀਂ ਹੁੰਦਾ, ਨਾ ਹੀ ਸਦਨ ਕਦੇ ਭੰਗ ਹੁੰਦਾ ਹੈ। ਰਾਜ ਸਭਾ ਦੇ ਮੈਂਬਰ ਦਾ ਕਾਰਜਕਾਲ ਕਿੰਨਾ ਹੁੰਦਾ ਹੈ? 6 ਸਾਲ। ਇਹ ਨੋਟ ਕਰਨ ਵਾਲੀ ਗੱਲ ਹੈ ਕਿ ਜਿਹੜਾ ਰਾਜ ਸਭਾ ਦੇ ਮੈਂਬਰ ਹੁੰਦੇ ਹਨ ਇਹਨਾਂ ਸਦਨ ਇਹਨਾਂ ਦਾ ਕਾਰਜਕਾਲ ਹੁੰਦਾ 6 ਸਾਲ, ਲੋਕ ਸਭਾ ਦਾ ਕਿੰਨਾ ਹੁੰਦਾ? 5 ਸਾਲ। ਹਾਲਾਂਕਿ ਰਾਜ ਸਭਾ ਦੇ ਮੈਂਬਰ ਹਨ ਇਹ 6 ਸਾਲ ਤੋਂ ਪਹਿਲਾਂ ਅਸਤੀਫਾ ਦੇ ਸਕਦੇ ਹਨ, ਪਰੰਤੂ ਜੇ ਅਸਤੀਫਾ ਨਾ ਦੇਣ ਤਾਂ ਇਹ ਮੈਕਸੀਮਮ 6 ਸਾਲ ਤੱਕ ਆਪਣੀ ਪਦਵੀ ਤੇ ਰਹਿ ਸਕਦੇ ਹਨ। ਫਿਰ ਆਪਾਂ ਕਰਾਂਗੇ ਰਾਜ ਸਭਾ ਦੀ ਕੁਛ ਮੁੱਖ ਸ਼ਕਤੀਆਂ। ਜਿਹੜਾ ਰਾਜ ਸਭਾ ਹੁੰਦਾ ਹੈ ਇਹਦੀਆਂ ਕੁਛ ਸ਼ਕਤੀਆਂ ਹਨ, ਜੋ ਸ਼ਕਤੀਆਂ ਲੋਕ ਸਭਾ ਕੋਲ ਨਹੀਂ ਆਉਂਦੀਆਂ ਹਨ ਇਹਨੂੰ ਆਪਾਂ ਸਪੈਸ਼ਲ ਪਾਵਰਸ ਕਹਿੰਦੇ ਹਾਂ। ਕੀ ਹੁੰਦੀਆਂ ਹਨ? ਰਾਜ ਸਭਾ ਵਾਲਾ ਸਦਨ ਲੋਕ ਸਭਾ ਦੇ ਅਧਿਕਾਰ ਖੇਤਰ ਦੇ ਵਿੱਚ ਆਉਣ ਵਾਲੇ ਸਾਰੇ ਮਸਲਿਆਂ 'ਤੇ ਸੂਚਨਾ ਪ੍ਰਾਪਤ ਕਰ ਸਕਦਾ ਹੈ। ਯਾਨੀ ਕਿ ਆਪਾਂ ਰਾਜ ਸਭਾ ਪੜ੍ਹਿਆ ਕਿ ਉੱਪਰੀ ਸਦਨ ਹੈ, ਅਪਰ ਲੈਵਲ ਹੈ, ਤਾਂ ਉਹਨੂੰ ਇਹ ਅਧਿਕਾਰ ਹੈਗਾ ਹੈ ਕਿ ਲੋਕ ਸਭਾ ਦੀ ਜੂਰੀਡਿਕਸ਼ਨ ਦੇ ਵਿੱਚ ਆਉਣ ਵਾਲੇ ਜਿੰਨੇ ਵੀ ਮੁੱਦੇ ਹਨ ਉਹਨਾਂ ਦੀ ਸੂਚਨਾ ਪ੍ਰਾਪਤ ਕਰ ਸਕਦੇ ਹਨ। ਨੈਕਸਟ, ਅਨੁਛੇਦ 249 ਕੀ ਕਹਿੰਦਾ ਹੈ? ਇਹਦੇ ਤਹਿਤ ਰਾਜ ਸੂਚੀ ਦੇ ਵਿਸ਼ੇ 'ਤੇ ਕਾਨੂੰਨ ਬਣਾ ਸਕਦਾ ਹੈ। ਜਿਹੜੀ ਰਾਜ ਸਭਾ ਹੁੰਦੀ ਹੈ ਉਹ ਰਾਜ ਸੂਚੀ ਦੇ ਵਿੱਚ ਜਿੰਨੇ ਵੀ ਵਿਸ਼ੇ ਆਉਂਦੇ ਹਨ, ਆਪਾਂ ਹੁਣੇ ਗੱਲ ਕੀਤੀ ਸੀ ਨਾ ਕਿ ਭਾਰਤ ਸੰਵਿਧਾਨ ਦੇ ਵਿੱਚ 3 ਸੂਚੀਆਂ ਹਨ ਜੋ ਕਿ ਇਹਦੇ ਸ਼ਡਿਊਲ 7 ਦੇ ਵਿੱਚ ਦਿੱਤੇ ਗਏ ਹਨ, ਸਟੇਟ ਲਿਸਟ, ਯੂਨੀਅਨ ਲਿਸਟ ਅਤੇ ਕੰਟੀਨੈਂਟ ਲਿਸਟ। ਅਤੇ ਸਟੇਟ ਲਿਸਟ ਦੇ ਵਿੱਚ ਉਹ ਮਹਿਕਮੇ ਹੁੰਦੇ ਹਨ ਜਿਨ੍ਹਾਂ 'ਤੇ ਰਾਜ ਸਰਕਾਰ ਕਾਨੂੰਨ ਬਣਾ ਸਕਦੀ ਹਨ। ਤਾਂ ਇਸੇ ਤਰ੍ਹਾਂ ਰਾਜ ਸਭਾ ਕੋਲ ਵੀ ਇਹ ਸਪੈਸ਼ਲ ਪਾਵਰ ਹੈਗੀ ਹੈ ਕਿ ਉਹ ਰਾਜ ਸੂਚੀ ਦੇ ਵਿਸ਼ਿਆਂ 'ਤੇ ਕਾਨੂੰਨ ਬਣਾ ਸਕਦੀ ਹੈ ਜਾਂ ਪ੍ਰਸਤਾਵ ਪਾਸ ਕਰ ਸਕਦਾ ਹੈ। ਕਿਉਂਕਿ ਰਾਜ ਸਭਾ ਹੁੰਦੀ ਹੈ
ਇਹਨਾਂ ਦੇ ਨੁਮਾਇੰਦੇ ਵੀ ਰਾਜ ਸਰਕਾਰ ਚੋਂ ਆਏ ਹੁੰਦੇ ਹਨ, ਰਾਜ ਚੋਂ ਆਏ ਹੁੰਦੇ ਹਨ। ਨੈਕਸਟ ਕੀ ਪਾਵਰ ਦਿੱਤੀ ਗਈ ਹੈ ਸਪੈਸ਼ਲ ਪਾਵਰ, ਉਹ ਹੈਗੀ ਹੈ ਆਲ ਇੰਡੀਆ ਸਰਵਿਸਿਸ। ਇਹ ਭਾਰਤ ਸੰਵਿਧਾਨ ਦੇ ਅਨੁਛੇਦ 312 ਦੇ ਵਿੱਚ ਮੈਂਸ਼ਨ ਹੈ ਕਿ ਇਸਦੇ ਤਹਿਤ ਆਲ ਇੰਡੀਆ ਸਰਵਿਸਿਸ ਦੀ ਸਥਾਪਨਾ ਕਰ ਸਕਦਾ ਹੈ ਅਤੇ ਇੱਕ ਜਾਂ ਇੱਕ ਤੋਂ ਵੱਧ ਪੋਸਟ ਕ੍ਰੀਏਟ ਕਰ ਸਕਦਾ ਹੈ। ਹੁਣ ਆਪਾਂ ਗੱਲ ਕਰਾਂਗੇ ਪ੍ਰੈਜ਼ਾਈਡਿੰਗ ਆਫੀਸਰਸ ਦੀ, ਜਿਹਨੂੰ ਆਪਾਂ ਅਧਿਆਕਸ਼ ਕਹਿੰਦੇ ਹਾਂ, ਤਾਂ ਲੋਕ ਸਭਾ ਅਤੇ ਰਾਜ ਸਭਾ ਦੋਨੋਂ ਸਦਨਾਂ ਦੇ ਪ੍ਰੈਜ਼ਾਈਡਿੰਗ ਆਫੀਸਰ ਹੁੰਦੇ ਹਨ। ਲੋਕ ਸਭਾ ਦੇ ਪ੍ਰੈਜ਼ਾਈਡਿੰਗ ਆਫੀਸਰ ਨੂੰ ਸਪੀਕਰ ਕਿਹਾ ਜਾਂਦਾ ਹੈ, ਰਾਜ ਸਭਾ ਦੇ ਪ੍ਰੈਜ਼ਾਈਡਿੰਗ ਆਫੀਸਰ ਨੂੰ ਚੇਅਰਪਰਸਨ ਕਿਹਾ ਜਾਂਦਾ ਹੈ, ਅਤੇ ਲੋਕ ਸਭਾ ਦੇ ਅਧਿਆਕਸ਼ ਨੂੰ ਜਾਂ ਪ੍ਰੈਜ਼ਾਈਡਿੰਗ ਆਫੀਸਰ ਨੂੰ ਸਪੀਕਰ ਕਹਿੰਦੇ ਹਾਂ, ਉੱਥੇ ਹੀ ਰਾਜ ਸਭਾ ਦੇ ਪ੍ਰੈਜ਼ਾਈਡਿੰਗ ਆਫੀਸਰ ਨੂੰ ਆਪਾਂ ਕਹਿੰਦੇ ਹਾਂ ਚੇਅਰਪਰਸਨ ਕਿਹਾ ਜਾਂਦਾ ਹੈ। ਸਪੀਕਰ ਦੀ ਗੈਰ ਹਾਜ਼ਰੀ ਦੇ ਵਿੱਚ ਲੋਕ ਸਭਾ ਸਦਨ ਦਾ ਕੰਮ ਡਿਪਟੀ ਸਪੀਕਰ ਕਰੇਗਾ, ਚੇਅਰਪਰਸਨ ਦੀ ਗੈਰ ਹਾਜ਼ਰੀ ਦੇ ਵਿੱਚ ਰਾਜ ਸਭਾ ਸਦਨ ਦਾ ਕੰਮ ਡਿਪਟੀ ਚੇਅਰਪਰਸਨ ਕਰੇਗਾ। ਜਿਸ ਤਰਸ ਤੇ ਲੋਕ ਸਭਾ ਦੇ ਵਿੱਚ ਸਪੀਕਰ ਡਿਪਟੀ ਸਪੀਕਰ ਹੁੰਦੇ ਹਨ, ਉਸੇ ਤਰਸ ਤੇ ਰਾਜ ਸਭਾ ਦੇ ਵਿੱਚ ਚੇਅਰਪਰਸਨ ਅਤੇ ਡਿਪਟੀ ਚੇਅਰਪਰਸਨ ਹੁੰਦੇ ਹਨ ਜੋ ਕਿ ਪੂਰੇ ਸਦਨ ਦੀ ਕਾਰਵਾਈ ਨੂੰ ਦੇਖਦੇ ਹਨ, ਉਹ ਇੱਕ ਤਰ੍ਹਾਂ ਦੇ ਮੁਖੀਆ ਹੁੰਦੇ ਹਨ। ਇਸ ਕਰਕੇ ਆਪਾਂ ਇਹਨਾਂ ਨੂੰ ਆਪਾਂ ਹਿੰਦੀ 'ਚ ਅਧਿਆਸ਼ ਕਰਨੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਾਂ ਸਪੀਕਰ ਆਫ ਲੋਕ ਸਭਾ, ਇਹ ਬਹੁਤ ਸਨਮਾਨਿਤ ਪਦਵੀ ਹੈ। ਇੱਕ ਵਾਰ ਸਪੀਕਰ ਚੁਣੇ ਜਾਣ ਤੋਂ ਬਾਅਦ ਉਸਦਾ ਕਿਸੇ ਵੀ ਪਾਰਟੀ ਨਾਲ ਕਿਸੇ ਵੀ ਤਰ੍ਹਾਂ ਦਾ ਕੋਈ ਸੰਬੰਧ ਨਹੀਂ ਰਹਿੰਦਾ, ਇਹ ਪਾਰਟੀ ਵਜੋਂ ਉੱਪਰ ਉੱਠ ਕੇ ਨਿਰਪੱਖ ਤਰੀਕੇ ਨਾਲ ਕੰਮ ਕਰਦੇ ਹਨ। ਇਹਨਾਂ ਦਾ ਮੁੱਖ ਕੰਮ ਕੀ ਹੁੰਦਾ ਹੈ, ਸਦਨ ਦੀ ਕਾਰਵਾਈ ਨੂੰ ਸਹੀ ਢੰਗ ਨਾਲ ਚਲਾਉਣਾ, ਸਦਨ ਵਿੱਚ ਪ੍ਰਸ਼ਨ ਪੁੱਛਣ ਅਤੇ ਪ੍ਰਸਤਾਵ ਲਿਆਉਣ ਦੀ ਆਗਿਆ ਕੌਣ ਦਿੰਦਾ ਹੈ, ਸਪੀਕਰ ਦਿੰਦੇ ਹਨ। ਅਤੇ ਕੁਛ ਮਸਲੇ ਐਸੇ ਹੁੰਦੇ ਹਨ ਜਿਹੜੇ ਉਲਝਾਵੇਂ ਹੁੰਦੇ ਹਨ, ਉਹਨਾਂ ਦੇ ਵਿੱਚ ਸਪੀਕਰ ਦਾ ਫੈਸਲਾ ਅੰਤਿਮ ਹੁੰਦਾ ਹੈ। ਨੈਕਸਟ, ਕੋਈ ਵੀ ਬਿੱਲ, ਮਨੀ ਬਿੱਲ ਹੈਗਾ ਜਾਂ ਮਨੀ ਬਿੱਲ ਨਹੀਂ ਹੈਗਾ, ਇਹਦਾ ਫੈਸਲਾ ਕੌਣ ਕਰੇਗਾ, ਸਪੀਕਰ ਕਰੇਗਾ। ਸਪੀਕਰ ਨੂੰ ਪਹਿਲ ਦੇ ਆਧਾਰ ਤੇ ਵੋਟ ਪਾਉਣ ਦਾ ਅਧਿਕਾਰ ਨਹੀਂ ਹੈਗਾ, ਇਹ ਸਿਰਫ ਕਾਸਟਿੰਗ ਵੋਟ ਕਰ ਸਕਦੇ ਹਨ। ਕਾਸਟਿੰਗ ਵੋਟ ਕਦੋਂ ਹੁੰਦੀ ਹੈ, ਜਦੋਂ ਕਿ ਟਾਈ ਕੰਡੀਸ਼ਨ ਹੋ ਜਾਂਦੀ ਹੈ, ਜਦੋਂ ਦੋਨਾਂ ਕਿਸੇ ਮੁੱਦੇ ਦੇ ਦੋਨੋਂ ਸਦਨ ਰਾਜ ਸਭਾ ਤੇ ਲੋਕ ਸਭਾ ਬਰਾਬਰ ਬਰਾਬਰ ਵੋਟਿੰਗ ਕਰ ਦੇਣ, ਜਿਹੜੇ ਪੰਜਾਬ ਸਦਨ ਕਹਿ ਦੇਣ ਪਾਸ ਹੋਣਾ ਚਾਹੀਦਾ, ਪੰਜਾਬ ਸਦਨ ਕਹਿਣ ਇਹ ਬਿੱਲ ਪਾਸ ਨਹੀਂ ਹੋਣਾ ਚਾਹੀਦਾ, ਉਸ ਸਮੇਂ ਕੀ ਹੁੰਦਾ, ਸਪੀਕਰ ਨੂੰ ਕਾਸਟ ਵੋਟ ਕਾਸਟ ਕੀਤੀ ਜਾਂਦੀ ਹੈ ਤੇ ਉਸ ਕੰਡੀਸ਼ਨ ਦੇ ਵਿੱਚ ਜਦੋਂ ਵੋਟ ਕਾਸਟ ਹੁੰਦੀ ਹੈ, ਕਾਸਟਿੰਗ ਵੋਟ ਦਾ ਇਸਤੇਮਾਲ ਕਰਦੇ ਹਨ, ਉਸ ਕੰਡੀਸ਼ਨ ਦੇ ਵਿੱਚ ਟਾਈ ਟੁੱਟਦੀ ਹੈ ਤਾਂ ਜਿਸ ਹੱਕ ਦੇ ਵਿੱਚ ਸਪੀਕਰ ਜਾਂਦੇ ਹਨ ਤਾਂ ਉਸ ਪੱਖ ਦਾ ਜਾਂ ਉਸ ਸਦਨ ਦੀ ਜੇਤੂ ਹੁੰਦੀ ਹੈ। ਜੋ ਸਦਨ ਕਹੇਗਾ ਕਿ ਬਿੱਲ ਨਹੀਂ ਪਾਸ ਹੋਣਾ ਚਾਹੀਦਾ ਤਾਂ ਬਿੱਲ ਨਹੀਂ ਪਾਸ ਹੋਵੇਗਾ, ਤੇ ਜੇਤੂ ਸਦਨ ਕਹੇਗਾ ਜੇ ਬਿੱਲ ਪਾਸ ਹੋਣਾ ਚਾਹੀਦਾ ਤਾਂ ਬਿੱਲ ਪਾਸ ਹੋਵੇਗਾ। ਇਸ ਤੋਂ ਇਲਾਵਾ ਸਪੀਕਰ ਦਾ ਕੀ ਕੰਮ ਹੁੰਦਾ ਹੈ ਕਿ ਭਿੰਨ ਭਿੰਨ ਸਮਿਤੀਆਂ ਦਾ ਗਠਨ ਕਰਦੇ ਹਨ।
ਇਹ ਆਪਣੇ ਕੰਮ ਨੂੰ ਬਣਦੇ ਹੁੰਦੇ ਹਨ, ਡਿਸਿਪਲਿਨ ਕਰਦੇ ਹਨ ਵੀ ਪੂਰੇ ਇੰਡੀਆ ਦਾ ਕੰਮ ਜੋ ਦੇਖਣਾ ਹੈਗਾ ਤਾਂ ਇਕੱਲਾ ਬੰਦਾ ਦੇਖ ਨਹੀਂ ਸਕਦਾ। ਇਹ ਇੱਕ ਤਰ੍ਹਾਂ ਦੀ ਗਵਰਨੈਂਸ ਕਰਦੇ ਹਨ ਜਾਂ ਉਹਨਾਂ ਦੀ ਮੋਨੀਟਰਿੰਗ ਕਰਦੇ ਹਨ, ਸੁਪਰਵਿਜ਼ਨ ਕਰਦੇ ਹਨ। ਤਾਂ ਸੁਪਰਵਿਜ਼ਨ ਕਰਨ ਵਾਸਤੇ ਭਿੰਨ ਭਿੰਨ ਸਮਿਤੀਆਂ ਦਾ ਗਠਨ ਕਰਦੇ ਹਨ ਜਿਹਨੂੰ ਕਿ ਆਪਾਂ ਸੈਕਟਰੀਏਟ ਦੇ ਸਕੱਤਰ ਕਹਿੰਦੇ ਹਾਂ। ਸਪੀਕਰ ਤਦ ਤੱਕ ਆਪਣੀ ਸੀਟ 'ਤੇ ਰਹਿਣਗੇ ਜਦ ਤੱਕ ਕੋਈ ਨਵਾਂ ਸਪੀਕਰ ਜਾਂ ਨਵੀਂ ਸਰਕਾਰ ਨਹੀਂ ਆ ਜਾਂਦੀ। ਫਰਜ ਕਰ ਲਓ ਕਿ ਹੁਣ ਆਪਣੀ ਸਰਕਾਰ ਚੱਲ ਰਹੀ ਹੈਗੀ ਹੈ, ਇਹ ਸਰਕਾਰ ਆਪਣੀ 2024 ਤੱਕ ਹੈਗੀ ਹੈ, ਤਾਂ 24 ਦੇ ਵਿੱਚ ਇਲੈਕਸ਼ਨ ਹੋਣੇ ਹਨ। ਇਲੈਕਸ਼ਨ ਤੋਂ ਬਾਅਦ ਕੀ ਹੁੰਦਾ ਹੁੰਦਾ ਹੈ, ਜਦੋਂ ਇਲੈਕਸ਼ਨ ਹੋਣੇ ਹੁੰਦੇ ਹਨ ਤਾਂ ਵੋਟਾਂ ਵੇਲੇ ਵੋਟ ਪੈਣ ਤੋਂ 48 ਘੰਟੇ ਪਹਿਲਾਂ ਸਾਰੇ ਨੁਮਾਇੰਦੇ ਹੁੰਦੇ ਹਨ ਉਹਨਾਂ ਦੀ ਮੈਂਬਰਸ਼ਿਪ ਖਤਮ ਹੋ ਜਾਂਦੀ ਹੈ, ਫਿਰ ਨਵੀਂ ਵੋਟਾਂ ਪੈਂਦੀ ਹੈ। ਨਵੀਆਂ ਵੋਟਾਂ ਪੈਣ ਤੋਂ ਬਾਅਦ ਦੇਖਿਆ ਜਾਂਦਾ ਹੈ ਕਿ ਕਿਸ ਪਾਰਟੀ ਨੂੰ ਵੱਧ ਵੋਟ ਮਿਲੇ ਹਨ, ਫਿਰ ਜੇਤੂ ਪਾਰਟੀ ਜਾਂ ਫਿਰ ਮਿਲੀਆਂ ਜੁਲੀਆਂ ਪਾਰਟੀਆਂ ਮਿਲ ਜੁਲੀ ਸਰਕਾਰ ਬਣਾਉਂਦੇ ਹਨ। ਜਦੋਂ ਨਵੀਂ ਸਰਕਾਰ ਆਉਂਦੀ ਹੈ ਫਿਰ ਉਹ ਆਪਣਾ ਨਵਾਂ ਸਪੀਕਰ ਚੁਣਦੀ ਹੈ, ਪਰੰਤੂ ਇਨ ਬਿਟਵੀਨ ਕਿ ਵੋਟਾਂ ਪੈਣ ਤੋਂ ਲੈ ਕੇ ਨਵੀਂ ਸਰਕਾਰ ਬਣਾਉਣ ਤੱਕ ਜਿਹੜੇ ਸਪੀਕਰ ਮੌਜੂਦਾ ਸਰਕਾਰ ਦੇ ਵਿੱਚ ਰਹੇ ਹੋਣ ਉਹ ਹੀ ਸਪੀਕਰ ਰਹਿਣਗੇ, ਇਹਨਾਂ ਦੀ ਪਦਵੀ ਖਾਲੀ ਨਹੀਂ ਹੋਵੇਗੀ। ਜਦੋਂ ਸਾਰੀ ਵੋਟਾਂ ਪੈ ਜਾਣਗੀਆਂ, ਨਵੀਂ ਸਰਕਾਰ ਆ ਜੂਗੀ, ਉਸ ਤੋਂ ਬਾਅਦ ਸਪੀਕਰ ਨੂੰ ਚੇਂਜ ਕਰਨ ਦੀ ਗੱਲ ਕੀਤੀ ਜਾਵੇਗੀ। ਇੱਕ ਅੱਪ ਪੁਆਇੰਟ ਕਰ ਚੁੱਕੇ ਕਿ ਸਪੀਕਰ ਦੀ ਗੈਰਾਜ ਦੇ ਵਿੱਚ ਕੌਣ ਕੰਮ ਦੇਖਦਾ ਹੈ, ਡਿਪਟੀ ਸਪੀਕਰ। ਹੁਣ ਆਪਾਂ ਗੱਲ ਕਰਾਂਗੇ ਚੇਅਰਪਰਸਨ ਦੀ। ਜਿਸ ਤਰ੍ਹਾਂ ਲੋਕ ਸਭਾ ਦੇ ਵਿੱਚ ਸਪੀਕਰ ਹੁੰਦਾ ਹੈ ਉਸੇ ਤਰ੍ਹਾਂ ਰਾਜ ਸਭਾ ਦੇ ਵਿੱਚ ਚੇਅਰਪਰਸਨ ਹੁੰਦਾ ਹੈ। ਤਾਂ ਭਾਰਤ ਦੇ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਯਾਨੀ ਭਾਰਤ ਦੇ ਉਪ ਰਾਸ਼ਟਰਪਤੀ ਹੀ ਰਾਜ ਸਭਾ ਦੇ ਪਦੇ ਸਭਾਪਤੀ ਹੁੰਦੇ ਹਨ। ਯਾਨੀ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ ਇਜ਼ ਐਨ ਓਫੀਸ਼ੀਓ ਚੇਅਰਪਰਸਨ ਆਫ ਰਾਜ ਸਭਾ। ਪਰੰਤੂ ਜਿਸ ਸਮੇਂ ਉਪ ਰਾਸ਼ਟਰਪਤੀ ਰਾਸ਼ਟਰਪਤੀ ਦਾ ਕਾਰਜਕਾਲ ਦੇਖਣਗੇ, ਜਦੋਂ ਰਾਸ਼ਟਰਪਤੀ ਜੀ ਭਾਰਤ ਦੇ ਰਾਸ਼ਟਰਪਤੀ ਦਾ ਚੇਅਰ ਜਾਂ ਆਫਿਸ ਖਾਲੀ ਹੋਵੇਗਾ ਤਾਂ ਉਸ ਸਮੇਂ ਕੀ ਹੋਊਗਾ, ਉਪ ਰਾਸ਼ਟਰਪਤੀ ਰਾਸ਼ਟਰਪਤੀ ਦੇ ਕੰਮਾਂ ਨੂੰ ਦੇਖਣਗੇ। ਉਸ ਦੌਰਾਨ ਕੀ ਹੋਵੇਗਾ, ਉਸ ਦੌਰਾਨ ਚੇਅਰਪਰਸਨ ਦਾ ਕੰਮ ਡਿਪਟੀ ਚੇਅਰਪਰਸਨ ਦੇਖਣਗੇ, ਜਿਹੜਾ ਐਕਸ ਅਫੀਸ਼ੀਅਲ ਚੇਅਰਮੈਨ ਹਨ ਉਹ ਕੌਣ ਬਣ ਜਾਏਗਾ, ਡਿਪਟੀ ਚੇਅਰਪਰਸਨ ਆਫ ਰਾਜ ਸਭਾ। ਜਿੱਥੇ ਆਪਾਂ ਕੀਤਾ ਰਾਸ਼ਟਰਪਤੀ ਜਿਹੜੀ ਚੋਣ ਹੁੰਦੀ ਹੈ ਉਹ ਅਪ੍ਰਤੱਖ ਹੁੰਦੀ ਹੈ, ਇਨਡਾਇਰੈਕਟ ਹੁੰਦੀ ਹੈ, ਉਸੇ ਤਰ੍ਹਾਂ ਉਪ ਰਾਸ਼ਟਰਪਤੀ ਦੀ ਚੋਣ ਵੀ ਅਪ੍ਰਤੱਖ ਤਰੀਕੇ ਨਾਲ ਹੁੰਦੀ ਹੈ। ਇਹਦਾ ਇੱਕ ਇਲੈਕਟ੍ਰੋਲ ਕਾਲਜ ਹੁੰਦਾ ਹੈ, ਇਲੈਕਟ੍ਰੋਲ ਸਿਸਟਮ ਹੁੰਦਾ ਹੈ, ਉਹਦੇ ਤਹਿਤ ਹੀ ਇਹਨਾਂ ਦੀ ਵੋਟ ਹੁੰਦੀ ਹੈ, ਜਿਹਨੂੰ ਕਿ ਆਪਾਂ ਵਿਸ਼ੇਸ਼ ਚੋਣ ਪ੍ਰਣਾਲੀ ਕਹਿੰਦੇ ਹਾਂ। ਜਿਸ ਤਰ੍ਹਾਂ ਰਾਸ਼ਟਰਪਤੀ ਕਿਸੇ ਮਿਸ ਸਦਨ ਦੇ ਮੈਂਬਰ ਨਹੀਂ ਹੁੰਦੇ, ਉਸੇ ਤਰ੍ਹਾਂ ਉਪ ਰਾਸ਼ਟਰਪਤੀ ਵੀ ਕਿਸੇ ਸਦਨ ਦੇ ਮੈਂਬਰ ਨਹੀਂ ਹੁੰਦੇ ਹਨ, ਨਾ ਤਾਂ ਰਾਜ ਸਭਾ ਦੇ ਹੁੰਦੇ ਹਨ ਨਾ ਲੋਕ ਸਭਾ ਦੇ ਹੁੰਦੇ ਹਨ, ਉਹ ਰਾਜ ਸਭਾ ਦੇ ਸਿਰਫ ਐਕਸ ਅਫੀਸ਼ੀਅਲ ਚੇਅਰਮੈਨ ਹੁੰਦੇ ਹਨ, ਯਾਨੀ ਕਿ ਪਦੇਨ ਸਭਾਪਤੀ ਹੁੰਦੇ ਹਨ, ਪਰੰਤੂ ਉਸਦੇ ਮੈਂਬਰ ਨਹੀਂ ਹੁੰਦੇ ਹਨ। ਜਿੱਥੇ ਆਪਾਂ ਗੱਲ ਕੀਤੀ ਰਾਜ ਸਭਾ ਦੇ ਮੈਂਬਰ ਦੀ ਟਨਿਓਰ ਹੁੰਦੀ ਹੈ ਉਹ 6 ਸਾਲ ਹੁੰਦੀ ਹੈ,
ਉੱਥੇ ਜਿਹੜੇ ਇਹਨਾਂ ਦੇ ਚੇਅਰਮੈਨ ਹੁੰਦੇ ਹਨ, ਸੋ ਕਾਲਡ ਵਾਈਸ ਚੇਅਰ ਵਾਈਸ ਪ੍ਰੈਜ਼ੀਡੈਂਟ ਆਫ ਇੰਡੀਆ, ਤਾਂ ਇਹਨਾਂ ਦਾ ਕਾਰਜਕਾਲ ਕਿੰਨਾ ਹੁੰਦਾ? 5 ਸਾਲ ਹੁੰਦਾ ਹੈ। ਹਾਲਾਂਕਿ ਉਹਨਾਂ ਦਾ ਰਾਜ ਸਭਾ ਦੁਆਰਾ ਪ੍ਰਸਤਾਵ ਪਾਸ ਕਰਕੇ ਪਹਿਲਾਂ ਵੀ ਹਟਾਇਆ ਜਾ ਸਕਦਾ ਉਹਨਾਂ ਨੂੰ, ਪਰੰਤੂ ਇਸ ਲਈ ਲੋਕ ਸਭਾ ਦੀ ਮਨਜ਼ੂਰੀ ਲੈਣੀ ਲਾਜ਼ਮੀ ਹੁੰਦੀ ਹੈ। ਇਹ ਐਵੇਂ ਨਹੀਂ ਹੈਗਾ ਕਿ ਇਕੱਲਾ ਰਾਜ ਸਭਾ ਲਿਖਤਾ ਉਹਨਾਂ ਤਾਂ ਉਹਨਾਂ ਦੀ ਵਾਈਸ ਪ੍ਰੈਜ਼ੀਡੈਂਟ ਤੋਂ ਚੇਅਰਪਰਸਨ ਹਟ ਜਾਣਗੇ, ਤਾਂ ਇਹਨਾਂ ਨੂੰ ਹਟਾਉਣ ਵਾਸਤੇ ਰਾਜ ਸਭਾ ਦੀ ਮਨਜ਼ੂਰੀ ਲੈਣ ਤੋਂ ਬਾਅਦ ਲੋਕ ਸਭਾ ਦੀ ਮਨਜ਼ੂਰੀ ਵੀ ਲੈਣੀ ਪੈਂਦੀ ਹੈ। ਅਤੇ ਰਾਜ ਸਭਾ ਦੇ ਚੇਅਰਪਰਸਨ ਦੇ ਕੰਮ ਸੇਮ ਹੁੰਦੇ ਹਨ ਜੋ ਕਿ ਲੋਕ ਸਭਾ ਦੇ ਸਪੀਕਰ ਦੇ ਹੁੰਦੇ ਹਨ। ਹੁਣ ਆਪਾਂ ਗੱਲ ਕਰਾਂਗੇ ਲੈਜਿਸਲੇਟਿਵ ਪ੍ਰੋਸੀਜਰ ਦੀ। ਇਹ ਥੋੜ੍ਹਾ ਲੰਬਾ ਟੋਪਿਕ ਹੈ, ਇਹਨੂੰ ਆਪਾਂ ਜਲਦੀ ਕੰਪਲੀਟ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਕਾਨੂੰਨ ਬਣਾਉਣ ਦੀ ਕੀ ਵਿਧੀ ਹੈ। ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਵਿਧਾਨ ਪਾਲਿਕਾ ਮੁੱਖ ਕੰਮ ਹੁੰਦਾ ਕਾਨੂੰਨ ਬਣਾਉਣਾ। ਤਾਂ ਕਾਨੂੰਨ ਕਿੱਥੋਂ ਬਣਦਾ ਹੈ? ਕਾਨੂੰਨ ਬਣਦਾ ਬਿੱਲ ਤੋਂ। ਬਿੱਲ ਕੀ ਹੁੰਦਾ? ਬਿੱਲ ਇੱਕ ਤਰ੍ਹਾਂ ਡਰਾਫਟ ਹੁੰਦਾ ਹੈ, ਜਿਹਨੂੰ ਆਪਾਂ ਖਰੜਾ ਕਹਿੰਦੇ ਹਾਂ। ਤਾਂ ਡਰਾਫਟ ਕਿੰਨੇ ਤਰ੍ਹਾਂ ਦਾ ਹੁੰਦਾ ਹੈ? 4 ਤਰ੍ਹਾਂ ਦਾ, ਆਰਡਰਲੀ ਬਿੱਲ, ਫਾਈਨਾਂਸ ਬਿੱਲ, ਮਨੀ ਬਿੱਲ ਐਂਡ ਕੰਸਟੀਟਿਊਸ਼ਨ ਅਮੈਂਡਮੈਂਟ ਬਿੱਲ। ਇਹ 4 ਤਰ੍ਹਾਂ ਦੇ ਬਿੱਲ ਹੁੰਦੇ ਹਨ। ਮਨੀ ਬਿੱਲ ਜਿਹੜਾ ਹੁੰਦਾ ਹੈ ਇਹ ਸਿਰਫ ਲੋਕ ਸਭਾ 'ਚ ਪੇਸ਼ ਹੋਵੇਗਾ, ਬਾਕੀ ਕੋਈ ਵੀ ਬਿੱਲ, ਤਿੰਨੋਂ ਬਿੱਲ ਜਿਹੜੇ ਮਰਜ਼ੀ ਹਨ, ਚਾਹੇ ਉਹ ਰਾਜ ਸਭਾ 'ਚ ਪਹਿਲਾਂ ਪੇਸ਼ ਹੋ ਜਾਣ ਚਾਹੇ ਲੋਕ ਸਭਾ 'ਚ, ਪਰੰਤੂ ਮਨੀ ਬਿੱਲ ਲੋਕ ਸਭਾ ਦੇ ਵਿੱਚ ਪੇਸ਼ ਹੋਵੇਗਾ। ਦੂਜੀ ਗੱਲ, ਕਿਸੇ ਵੀ ਬਿੱਲ ਨੂੰ ਮੰਤਰੀ ਜਾਂ ਸਦਨ ਦੇ ਕਿਸੇ ਵੀ ਮੈਂਬਰ ਦੁਆਰਾ ਲਿਆਇਆ ਜਾ ਸਕਦਾ ਹੈ। ਜਿੰਨੇ ਵੀ ਮੈਂਬਰ ਆਫ ਪਾਰਲੀਮੈਂਟ ਸਨ ਚਾਹੇ ਮਿਨਿਸਟਰ ਸਨ, ਉਹ ਕਿਸੇ ਵੀ ਬਿੱਲ ਨੂੰ ਲਿਆ ਸਕਦੇ ਹਨ ਸਦਨ ਦੇ ਵਿੱਚ। ਭਾਰਤੀ ਸੰਵਿਧਾਨ ਦੇ ਵਿੱਚ ਬਿੱਲ ਪੇਸ਼ ਕਰਨ ਦੇ ਵੱਖ ਵੱਖ ਪੜਾਅ ਹੁੰਦੇ ਹਨ। ਪਹਿਲਾ ਪੜਾਅ ਆਪਾਂ ਗੱਲ ਕਰਾਂਗੇ, ਪਹਿਲੇ ਪੜਾਅ 'ਚ ਕਹਿੰਦੇ, ਪਹਿਲੇ ਪੜਾਅ ਦੇ ਵਿੱਚ ਇੰਟਰੋਡਕਸ਼ਨ ਹੁੰਦੀ ਹੈ ਅਤੇ ਫਸਟ ਰੀਡਿੰਗ ਕਹਿੰਦੇ ਹਾਂ ਆਪਾਂ ਇਹਨੂੰ। ਪਹਿਲੇ ਪੜਾਅ ਨੂੰ ਆਪਾਂ ਕੀ ਕਹਿੰਦੇ ਹਾਂ? ਫਸਟ ਰੀਡਿੰਗ। ਇਹਦੇ ਵਿੱਚ ਬਿੱਲ ਦੀ ਇੰਟਰੋਡਕਸ਼ਨ ਦਿੱਤੀ ਜਾਂਦੀ ਹੈ। ਐਵਰੀ ਬਿੱਲ ਇੰਟਰੋਡਿਊਸ ਇਨ ਹਾਊਸਿਸ ਹੈਜ਼ ਟੂ ਬੀ ਪਬਲਿਸ਼ਡ ਇਨ ਦੀ ਗਜ਼ਟ। ਜਿਹੜਾ ਵੀ ਬਿੱਲ ਆਪਾਂ ਸਦਨ ਵਿੱਚ ਲਿਆ ਰਹੇ ਹਾਂ ਉਸ ਨੂੰ ਪਬਲਿਸ਼ ਕਰਾਉਣਾ ਪੈਂਦਾ ਹੈ ਭਾਰਤ ਦੇ ਰਾਜ ਪੱਤਰ ਦੇ ਵਿੱਚ, ਜਿਹਨੂੰ ਆਪਾਂ ਗਜ਼ਟ ਆਫ ਇੰਡੀਆ ਕਹਿੰਦੇ ਹਾਂ, ਭਾਰਤ ਦਾ ਰਾਜ ਪੱਤਰ। ਉਹਦੇ ਵਿੱਚ ਪਬਲਿਸ਼ ਕਰਾਉਣ ਤੋਂ ਬਾਅਦ ਹੀ ਬਿੱਲ ਨੂੰ ਇੰਟਰੋਡਿਊਸ ਕੀਤਾ ਜਾਵੇਗਾ। ਆਮ ਤੌਰ 'ਤੇ ਪਹਿਲੇ ਪੜਾਅ ਦੇ ਵਿੱਚ ਬਹਿਸ ਨਹੀਂ ਹੁੰਦੀ ਹੈ, ਜੇਕਰ ਵਿਰੋਧ ਹੋਵੇ ਤਾਂ ਵਿਰੋਧੀ ਧਿਰ ਨੂੰ ਕਰ ਦੱਸਣਾ ਪਵੇਗਾ। ਆਮ ਤੌਰ 'ਤੇ ਕੀ ਹੁੰਦਾ, ਇੰਨਾ ਆਪਾਂ ਜਨਰਲ ਗੱਲ ਕਰਦੇ ਹਾਂ, ਜਦੋਂ ਬਿੱਲ ਆਉਂਦਾ ਹੈ ਤਾਂ ਪਹਿਲੇ ਪੜਾਅ 'ਤੇ ਉਹਦੀ ਇੰਟਰੋਡਕਸ਼ਨ ਹੁੰਦੀ ਹੈ ਅਤੇ ਉਹਦੇ ਭਾਰਤ ਦੇ ਰਾਸ਼ਟਰਪਤੀ 'ਚੋਂ ਉਹਨੂੰ ਕੱਢਿਆ ਜਾਂਦਾ ਹੈ। ਉੱਥੇ ਬਹੁਤੀ ਬਹਿਸ ਨਹੀਂ ਹੁੰਦੀ ਹੈ। ਜੇਕਰ ਕੋਈ ਪਾਰਟੀ ਪਹਿਲੇ ਪੜਾਅ 'ਤੇ ਹੀ ਬਹਿਸ ਕਰਨ ਲੱਗ ਜਾਵੇ, ਵਿਰੋਧ ਕਰਨ ਲੱਗ ਜਾਵੇ, ਤਾਂ ਉਸ ਧਿਰ ਨੂੰ ਬਹਿਸ ਕਰਨ ਦਾ ਰੀਜ਼ਨ ਦੇਣਾ ਪਵੇਗਾ। ਫਿਰ ਗੱਲ ਹੋ ਗਈ, ਜੇ ਰੀਜ਼ਨ ਠੋਸ ਹੋਵੇ ਤਾਂ ਵੋਟਿੰਗ ਹੁੰਦੀ ਹੈ, ਅਤੇ ਜੇਕਰ ਵੋਟਿੰਗ ਬਿੱਲ ਦੇ ਪੱਖ ਵਿੱਚ ਹੁੰਦੀ ਹੈ ਤਾਂ ਇਸ ਨੂੰ ਪੇਸ਼ ਕੀਤਾ ਜਾਂਦਾ ਹੈ, ਅਦਰਵਾਈਜ਼ ਬਿੱਲ ਖਤਮ ਹੋ ਜਾਂਦਾ ਹੈ। ਦੈਨ ਜੇਕਰ ਪੇਸ਼ ਹੋ ਜਾਂਦਾ ਹੈ, ਪਾਸ ਹੋ ਜਾਂਦਾ ਹੈ, ਤਾਂ ਪਹਿਲੇ ਪੜਾਅ ਦੇ ਵਿੱਚ ਬਿੱਲ ਪਾਸ ਹੋਣ ਤੋਂ ਬਾਅਦ ਦੂਜੇ ਪੜਾਅ ਦੇ ਵਿੱਚ ਚਲਾ ਜਾਂਦਾ ਹੈ। ਫਿਰ ਆਪਾਂ ਗੱਲ ਕਰਾਂ ਦੂਜੇ ਪੜਾਅ ਦੀ। ਦੂਸਰਾ ਪੜਾਅ ਕੀ ਹੁੰਦਾ? ਦੂਸਰੀ ਸਟੇਜ ਜਿਹੜੀ ਹੁੰਦੀ ਹੈ ਇਹਨੂੰ ਆਪਾਂ ਸੈਟ ਸ਼ੇਟ ਕਹਿੰਦੇ ਹਾਂ। ਇਹ ਸਭ ਤੋਂ ਲੰਬੀ ਸਟੇਜ ਹੁੰਦੀ ਹੈ। ਇਹਦੇ ਵਿੱਚ 4 ਵਿਕਲਪ ਹੁੰਦੇ ਹਨ, ਬਿੱਲ 'ਤੇ ਵਿਚਾਰ ਕੀਤਾ ਜਾਵੇ, ਦੂਜਾ
ਇਸ ਨੂੰ ਚੋਣ ਸਮਿਤੀ ਕੋਲ ਭੇਜਿਆ ਜਾਵੇ। ਤੀਜਾ, ਇਸ ਨੂੰ ਜੁਆਇੰਟ ਸਮਿਤੀ ਕੋਲ ਭੇਜਿਆ ਜਾਵੇ। ਚੌਥਾ, ਬਿੱਲ ਨੂੰ ਜਨਤਾ ਦੀ ਰਾਏ ਲਈ ਜਨਤਾ ਵਿੱਚ ਵੰਡਿਆ ਜਾਵੇ। ਜਦੋਂ ਵੀ ਬਿੱਲ ਆਪਣੇ ਦੂਜੀ ਸਟੇਜ 'ਤੇ ਜਾਂਦਾ ਹੈ ਕਿਸੇ ਵੀ ਸਦਨ ਦੀ, ਤਾਂ ਉਹਦੇ 'ਤੇ ਚਾਰ ਆਪਸ਼ਨ ਹੁੰਦੇ ਹਨ ਕਿ ਬਿੱਲ 'ਤੇ ਵਿਚਾਰ ਕੀਤਾ ਜਾਵੇ, ਜਾਂ ਚੋਣ ਸਮਿਤੀ ਕੋਲ ਭੇਜ ਦਈਏ, ਜਾਂ ਜੁਆਇੰਟ ਸਮਿਤੀ ਕੋਲ ਭੇਜੀਏ, ਜਾਂ ਫਿਰ ਜਨਤਾ ਦੀ ਰਾਏ ਲਈ ਜਨਤਾ ਵਿੱਚ ਇਹਨੂੰ ਵੰਡੀਏ। ਇਹਦੇ 'ਚ ਕੀ ਹੁੰਦਾ, ਇਹਦੇ 'ਚ ਪਹਿਲੇ ਦਿਨ ਬਿੱਲ ਦੇ ਬਾਰੇ ਚਰਚਾ ਹੁੰਦੀ ਹੈ, ਯਾਨੀ ਕਲੋਜ਼ ਬਾਏ ਕਲੋਜ਼ ਇਹ 'ਤੇ ਚਰਚਾ ਹੁੰਦੀ ਹੈ। ਜੇਕਰ ਇਸ ਬਿੱਲ ਨੂੰ ਅਪਣਾਇਆ ਜਾਂਦਾ ਹੈ, ਇਹਦੇ ਸੋਧ ਬਾਰੇ ਚਰਚਾ ਹੁੰਦੀ ਹੈ। ਜਦੋਂ ਇਸ ਪੜਾਵ ਦੀ ਪ੍ਰਕਿਰਿਆ ਪੂਰੀ ਹੋ ਜਾਂਦੀ ਹੈ, ਤਾਂ ਇਸ ਨੂੰ ਆਪਾਂ ਥਰਡ ਸਟੇਜ ਭੇਜ ਦਿੰਦੇ ਹਾਂ, ਜਿਵੇਂ ਆਪਾਂ ਤੀਜਾ ਕਰਨ ਤੋਂ ਬਾਅਦ ਇਹ ਬਿੱਲ ਹੁਣ ਤੀਜੇ ਪੜਾਅ 'ਤੇ ਚੱਲ ਜਾਵੇਗਾ। ਤਾਂ ਤੀਸਰੇ ਪੜਾਅ 'ਚ ਕੀ ਹੁੰਦਾ, ਤੀਸਰੇ ਪੜਾਅ ਦੇ ਵਿੱਚ ਬਰੀਫ ਡਿਸਕਸ਼ਨ ਹੁੰਦੀ ਹੈ, ਯਾਨੀ ਬਿੱਲ ਹੁਣ ਸਮਝ ਲਓ ਆਪਣਾ ਮੋਸਟਲੀ ਤਿਆਰ ਹੋ ਚੁੱਕਿਆ ਹੈ, ਪਰੰਤੂ ਬਸ ਇਹਦਾ ਇੱਕ ਪ੍ਰੋਟੋਕੋਲ ਆਪਾਂ ਫੋਲੋ ਕਰਾਂਗੇ ਕਿ ਬਰੀਫ ਡਿਸਕਸ਼ਨ ਕਰਾਂਗੇ ਅਤੇ ਫੋਰਮਲ ਅਮੈਂਡਮੈਂਟਸ ਕਰਾਂਗੇ। ਜੇ ਮਾੜੀ ਮੋਟੀ ਲੱਗਦੀ ਹੈ, ਕਮੀ ਪੇਸ਼ੀ ਹੈ, ਉਹਨੂੰ ਦੂਰ ਕਰਾਂਗੇ, ਉਹ 'ਚ ਮਾੜੀ ਮੋਟੀ ਸੋਧ ਕਰਾਂਗੇ, ਜਿਹਨੂੰ ਆਪਾਂ ਫੋਰਮਲ ਅਮੈਂਡਮੈਂਟਸ ਕਰਨੇ ਆ। ਜਦੋਂ ਸਾਰੇ ਸੋਧ ਪੂਰੇ ਹੋ ਜਾਣ, ਯਾਨੀ ਕਿ ਜਦੋਂ ਕਮੀ ਪੇਸ਼ੀ ਪੂਰੀ ਹੋ ਜਾਵੇ, ਤਾਂ ਇਸ ਬਿੱਲ ਨੂੰ ਦੂਜੇ ਸਦਨ ਵਿੱਚ ਭੇਜਿਆ ਜਾਵੇਗਾ। ਯਾਨੀ ਕਿ ਜਿਹੜੇ ਆਪਾਂ ਹੁਣ ਤਿੰਨ ਪੜਾਅ ਕੀਤੇ ਹਨ, ਇਹ ਆਪਾਂ ਕੀਤੇ ਹਨ ਇੱਕ ਸਦਨ ਦੇ। ਤਾਂ ਆਪਾਂ ਜਾਣਦੇ ਹਾਂ ਕਿ ਸਦਨ ਦੋ ਹੁੰਦੇ ਹਨ ਪਾਰਲੀਮੈਂਟ ਦੇ ਵਿੱਚ, ਇੱਕ ਹੁੰਦਾ ਹੈ ਲੋਕ ਸਭਾ, ਇੱਕ ਹੁੰਦਾ ਰਾਜ ਸਭਾ। ਜੇ ਬਿੱਲ ਪਹਿਲਾਂ ਲੋਕ ਸਭਾ ਦੇ ਵਿੱਚ ਪੇਸ਼ ਹੋ ਗਿਆ, ਤਾਂ ਲੋਕ ਸਭਾ ਨੇ ਤਿੰਨੋਂ ਪੜਾਅ ਪਾਰ ਕਰਨੇ ਹਨ, ਅਤੇ ਜੇ ਬਿੱਲ ਦੇ ਪਹਿਲਾਂ ਰਾਜ ਸਭਾ 'ਚ ਪੇਸ਼ ਹੋ ਗਿਆ, ਤਾਂ ਰਾਜ ਸਭਾ ਨੇ ਤਿੰਨੋਂ ਪੜਾਅ ਪਾਰ ਕਰਨੇ ਹਨ। ਤਾਂ ਇਸ ਤਰ੍ਹਾਂ ਜਦੋਂ ਇੱਕ ਸਦਨ ਦੇ ਵਿੱਚ ਇਹ ਪ੍ਰਕਿਰਿਆ ਪੂਰੀ ਹੋ ਜਾਏਗੀ, ਤਾਂ ਦੂਸਰਾ ਸਦਨ ਵੀ ਆਹੀ ਪ੍ਰਕਿਰਿਆ ਕਰੇਗਾ। ਤਾਂ ਦੂਜੇ ਸਦਨ ਵਿੱਚ ਕੀ ਹੋ ਗਿਆ, ਦੂਜੇ ਸਦਨ ਵਿੱਚ ਵੀ ਪਹਿਲਾ ਪੜਾਅ ਆਏਗਾ, ਫਿਰ ਦੂਜੀ ਪੜਾਅ ਆਵੇਗਾ, ਫਿਰ ਤੀਸਰੀ ਸਟੇਜ ਆਵੇਗੀ। ਹੁਣ ਕੀ ਆਵੇਗਾ, ਜਦ ਦੂਜੇ ਸਦਨ ਤੋਂ ਬਿੱਲ ਪਹਿਲੇ ਸਦਨ ਤੋਂ ਪਾਸ ਕਰਕੇ ਦੂਜੇ ਸਦਨ 'ਚ ਭੇਜ ਦਿੱਤਾ, ਫਿਰ ਉਹਨਾਂ ਕੋਲ ਤਿੰਨ ਆਪਸ਼ਨ ਹੁੰਦੇ ਹਨ। ਨੰਬਰ 1, ਇਸ ਨੂੰ ਪਾਸ ਕਰ ਦੇਵੇ। ਨੰਬਰ 2, ਇਹਦੇ ਵਿੱਚ ਸੋਧ ਕਰਕੇ ਇਸ ਨੂੰ ਖਾਰਜ ਕਰਕੇ ਪਹਿਲੇ ਸਦਨ ਭੇਜ ਦੇਵੇ। ਨੰਬਰ 3, ਇਸ ਬਿੱਲ 'ਤੇ ਕੋਈ ਕਾਰਵਾਈ ਨਾ ਕਰੇ, ਬਿੱਲ ਆਪਣੇ ਕੋਲ ਹੋਲਡ ਰੱਖ ਲਵੇ। ਤਾਂ ਜੇਕਰ ਇਸ ਬਿੱਲ ਨੂੰ, ਜੋ ਕਿ ਇੱਕ ਸਦਨ 'ਚੋਂ ਪਾਸ ਹੋ ਗਿਆ ਹੈ, ਦੂਜਾ ਸਦਨ 6 ਮਹੀਨੇ ਜਾਂ ਇਸ ਤੋਂ ਵੱਧ ਸਮੇਂ ਲਈ ਆਪਣੇ ਕੋਲ ਰੱਖਣ, ਤਾਂ ਇਹ ਆਟੋਮੈਟਿਕਲੀ ਇਹ ਸਮਾਪਤ ਹੋ ਜਾਵੇਗਾ। ਜੇਕਰ ਦੂਜਾ ਸਦਨ ਸੋਧ ਕਰਕੇ ਪਹਿਲੇ ਸਦਨ ਬਿੱਲ ਵਾਪਸ ਭੇਜ ਦੇਵੇ, ਤਾਂ ਪਹਿਲਾ ਸਦਨ ਸੋਧ ਨੂੰ ਸਵੀਕਾਰ ਕਰਕੇ ਦੂਜੇ ਸਦਨ ਨੂੰ ਇਸਦੀ ਜਾਣਕਾਰੀ ਦਿੰਦੇ ਹਨ ਕਿ ਯਾਰ ਤੁਸੀਂ ਸਾਨੂੰ ਸੋਧ ਕਰਨ ਗਿਆ ਸੀਗਾ, ਅਸੀਂ ਉਹਨੂੰ ਸਵੀਕਾਰ ਕਰਦੇ ਹਾਂ, ਅਤੇ ਉਹਦੇ 'ਚ ਅਸੀਂ ਕੀ ਕੰਮ ਕੀਤਾ ਉਹ ਅਸੀਂ ਜਾਣਕਾਰੀ ਤੁਹਾਨੂੰ ਦੇਣ ਲੱਗੇ ਹਾਂ। ਜੇਕਰ ਪਹਿਲਾ ਸਦਨ ਸੋਧ ਸਵੀਕਾਰ ਨਹੀਂ ਕਰਦਾ, ਪਰੰਤੂ ਦੂਜੇ ਸਦਨ ਨੂੰ ਜਾਣਕਾਰੀ ਦੇਣੀ ਪਵੇਗੀ ਕਿ ਸੋਧ ਸਵੀਕਾਰ ਕਿਉਂ ਨਹੀਂ ਕੀਤੀ, ਕਿਉਂਕਿ ਬਿੱਲ ਦੇ ਵਿੱਚ ਜਦੋਂ ਦੂਜੇ ਸਦਨ ਤੋਂ ਵਾਪਸ ਆਉਂਦਾ ਹੈ ਪਹਿਲੇ ਸਦਨ ਵਿੱਚ ਸੋਧ ਹੋਣ ਲਈ, ਉਹ 'ਚ ਅਮੈਂਡਮੈਂਟ ਕੀਤੀ ਹੈ ਨਹੀਂ ਕੀਤੀ ਇਹਦੇ ਬਾਰੇ ਦੱਸਣਾ ਪਵੇਗਾ। ਜੇ ਕੀਤੀ ਹੈ ਤਾਂ ਕੀ ਕੀਤੀ ਹੈ, ਜੇ ਨਹੀਂ ਕੀਤੀ ਹੈ ਤਾਂ ਉਹਦਾ ਕਾਰਨ ਬਤਾਓ, ਨੋਟਿਸ ਦੇਣਾ ਪਵੇਗਾ ਕਿਉਂ ਨਹੀਂ ਕੀਤੀ। ਅਤੇ ਜਦੋਂ ਦੋਵੇਂ ਸਦਨ ਕਿਸੇ ਵੀ ਸਹਿਮਤੀ 'ਤੇ ਨਹੀਂ ਪਾਉਂਦੇ, ਤਾਂ ਭਾਰਤ ਦੇ ਰਾਸ਼ਟਰਪਤੀ ਆਪਣੀ ਭੂਮਿਕਾ ਨਿਭਾਉਂਦੇ ਹਨ। ਫਿਰ ਗੱਲ ਆਉਂਦੀ ਹੈ ਭਾਰਤ ਦੇ ਤੀਸਰੇ ਅੰਗ ਦੀ,
ਜੇ ਦੋਨੇ ਸਦਨਾਂ ਦੇ ਵਿੱਚ ਕਿਸੇ ਬਿੱਲ ਨੂੰ ਲੈ ਕੇ ਵਿਵਾਦ ਹੋ ਜਾਵੇ ਤਾਂ ਉਸ ਸਮੇਂ ਫਿਰ ਕੀ ਹੁੰਦੇ ਹਨ, ਰਾਸ਼ਟਰਪਤੀ ਆਪਣੀ ਭੂਮਿਕਾ ਨਿਭਾਉਂਦੇ ਹਨ, ਉਹ ਕੀ ਕਰਦੇ ਹਨ, ਉਹ ਜੁਆਇੰਟ ਸਿਟਿੰਗ ਕਰਦੇ ਹਨ। ਜੁਆਇੰਟ ਸਿਟਿੰਗ ਇਹਨਾਂ ਦੀ ਰਾਜ ਸਭਾ ਅਤੇ ਲੋਕ ਸਭਾ ਦੀ ਇੱਕ ਸੰਯੁਕਤ ਮੀਟਿੰਗ ਕਰਦੇ ਹਨ, ਉਹਦੇ ਵਿੱਚ ਵੋਟਿੰਗ ਹੁੰਦੀ ਹੈ ਤਾਂ ਵੋਟਿੰਗ ਦੇ ਵਿੱਚ ਉਹ ਬਿੱਲ ਨੂੰ ਪਾਸ ਜਾਂ ਰਿਜੈਕਟ ਕੀਤਾ ਜਾਂਦਾ ਹੈ। ਇਹ ਸਾਰਾ ਜਿਹੜਾ ਜੁਆਇੰਟ ਸਿਟਿੰਗ ਦੀ ਬਣਾਉਣ ਦੀ ਜਿਹੜੀ ਸ਼ਕਤੀ ਹੈਗੀ, ਪਾਵਰ ਹੈਗੀ ਹੈ, ਇਹ ਹੈਗੀ ਹੈ ਭਾਰਤ ਦੇ ਰਾਸ਼ਟਰਪਤੀ ਕੋਲ। ਫਿਰ ਕੀ ਹੋਵੇਗਾ, ਜਦੋਂ ਬਿੱਲ ਦੋਨੋਂ ਸਦਨਾਂ ਚੋਂ ਪਾਸ ਹੋ ਜਾਂਦਾ, ਯਾਨੀ ਕਿ ਲੋਕ ਸਭਾ ਚੋਂ ਵੀ ਪਾਸ ਹੋ ਗਿਆ ਤੇ ਰਾਜ ਸਭਾ ਚ ਪਾਸ ਹੋ ਗਿਆ, ਜੇ ਬਿੱਲ ਦੋਨੋਂ ਸਦਨ ਪਾਸ ਹੋ ਜਾਂਦਾ ਹੈ ਤਾਂ ਲੋਕ ਸਭਾ ਦੇ ਸਪੀਕਰ ਇਸ ਨੂੰ ਮੋਹਰ ਲਗਾ ਕੇ ਰਾਸ਼ਟਰਪਤੀ ਕੋਲ ਭੇਜਦੇ ਹਨ। ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਇਹ ਕਾਨੂੰਨ ਬਣਦਾ ਹੈ। ਜਦ ਤੱਕ ਰਾਸ਼ਟਰਪਤੀ ਬਿੱਲ ਤੇ ਮਨਜ਼ੂਰੀ ਨਹੀਂ ਦੇਣਗੇ ਇਹ ਕਾਨੂੰਨ ਨਹੀਂ ਬਣ ਸਕਦਾ। ਰਾਸ਼ਟਰਪਤੀ ਚਾਹਣ ਤਾਂ ਇਸ ਨੂੰ ਨਾ ਮਨਜ਼ੂਰ ਵੀ ਕਰ ਸਕਦੇ ਹਨ। ਰਾਸ਼ਟਰਪਤੀ ਇਸ ਨੂੰ ਰੀਕੰਸੀਡਰੇਸ਼ਨ ਲਈ ਵੀ ਭੇਜ ਸਕਦੇ ਹਨ। ਜੇਕਰ ਇਹ ਦੁਬਾਰਾ ਦੋਵੇਂ ਸਦਨਾਂ ਪਾਸ ਹੋ ਜਾਂਦਾ ਹੈ ਤਾਂ ਰਾਸ਼ਟਰਪਤੀ ਨੂੰ ਮਨਜ਼ੂਰੀ ਦੇਣੀ ਪਵੇਗੀ, ਕਿਉਂਕਿ ਜਿਹੜੇ ਪ੍ਰੈਜ਼ੀਡੈਂਟ ਹੁੰਦੇ ਹਨ ਉਹ ਆਪਣੀ ਵੀਟੋ ਪਾਵਰ ਇੱਕ ਵਾਰ ਹੀ ਯੂਜ਼ ਕਰ ਸਕਦੇ ਹਨ। ਫਿਰ ਆਪਾਂ ਗੱਲ ਕੀਤੀ ਮਨੀ ਬਿੱਲ ਦੀ। ਮਨੀ ਬਿੱਲ ਦਾ ਜਿੰਨਾ ਵੀ ਇਹਦੇ ਬਾਰੇ ਅਨੁਛੇਦ 110 ਵਿੱਚ ਦੱਸਿਆ ਗਿਆ ਹੈ ਕਿ ਜਦ ਤੱਕ ਲੋਕ ਸਭਾ ਸਪੀਕਰ ਸਰਟੀਫਾਈ ਨਾ ਕਰਨ ਤਦ ਤੱਕ ਇਹ ਮੰਨਿਆ ਨਹੀਂ ਜਾਵੇ ਕਿ ਮਨੀ ਬਿੱਲ ਹੈਗਾ, ਅਤੇ ਮਨੀ ਬਿੱਲ ਕਦੇ ਵੀ ਇੰਟਰੋਡਿਊਸ ਨਹੀਂ ਹੋਵੇਗਾ ਰਾਜ ਸਭਾ ਦੇ ਵਿੱਚ, ਇਹ ਸਿਰਫ ਲੋਕ ਸਭਾ 'ਚ ਪਾਸ ਹੋਵੇਗਾ ਅਤੇ ਇਹਨੂੰ ਪਾਸ ਕਰਕੇ ਰਾਜ ਸਭਾ ਨੂੰ ਭੇਜਿਆ ਜਾਵੇਗਾ ਅਤੇ ਰਾਜ ਸਭਾ ਮਨੀ ਬਿੱਲ ਨੂੰ ਰਿਜੈਕਟ ਨਹੀਂ ਕਰ ਸਕਦੀ। ਬਾਕੀ ਬਿੱਲ ਤਾਂ ਕਰ ਸਕਦੀ ਹੈ ਪਰ ਮਨੀ ਬਿੱਲ ਨੂੰ ਰਿਜੈਕਟ ਨਹੀਂ ਕਰ ਸਕਦੀ। ਇਸੇ ਤਰ੍ਹਾਂ ਤੇ ਫਿਰ ਵਿਧਾਨ ਮੰਡਲ ਹਨ ਸਟੇਟ ਦੇ ਵਿੱਚ, ਕਈ ਸਟੇਟਾਂ ਦੇ ਵਿੱਚ ਦੋ ਤਰ੍ਹਾਂ ਦੇ ਹਨ, ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ, ਅਤੇ ਕਈ ਸਟੇਟਾਂ ਦੇ ਵਿੱਚ ਸਿਰਫ ਇੱਕੋ ਸਦਨ ਹੈ ਵਿਧਾਨ ਸਭਾ। ਇਹਨਾਂ ਦਾ ਨੈਕਸਟ ਦੂਸਰਾ ਅੰਗ ਕਿਹੜਾ ਹੁੰਦਾ ਹੈ, ਗਵਰਨਰ, ਜਿਹਨੂੰ ਆਪਾਂ ਰਾਜਪਾਲ ਕਹਿੰਦੇ ਹਾਂ। ਤਾਂ ਸਟੇਟ ਦੇ ਵਿੱਚ ਕੀ ਹੁੰਦਾ ਹੈ, ਸਟੇਟ ਦੇ ਵਿੱਚ ਵੀ ਕਾਨੂੰਨ ਬਣਾਉਣ ਦੀ ਵਿਧੀ ਉਵੇਂ ਹੁੰਦੀ ਹੈ। ਇਸ ਸਮੇਂ 6 ਸਟੇਟ ਐਸੇ ਹਨ ਜਿਨ੍ਹਾਂ ਦੇ ਵਿੱਚ ਬਾਈ ਕੈਮਰਲ ਲੈਜਿਸਲੇਚਰ ਹੈ, ਯਾਨੀ ਕਿ ਦੋ ਅੰਗ ਹਨ, ਵਿਧਾਨ ਸਭਾ ਅਤੇ ਵਿਧਾਨ ਪਰਿਸ਼ਦ ਦੀ ਲਿਸਟ ਦਿੱਤੀ ਗਈ ਹੈ। ਬਾਕੀ ਜਿਹੜੇ ਬਾਕੀ ਸਟੇਟਾਂ ਹਨ ਉਹਦੇ ਵਿੱਚ ਸਿਰਫ ਇੱਕੋ ਸਦਨ ਹੈ ਵਿਧਾਨ ਸਭਾ, ਉੱਥੇ ਵਿਧਾਨ ਸਭਾ ਅਤੇ ਗਵਰਨਰ ਮਿਲ ਕੇ ਕਾਨੂੰਨ ਦਾ ਨਿਰਮਾਣ ਕਰਦੇ ਹਨ। ਤਾਂ ਅੱਜ ਜਿਹੜਾ ਆਪਣਾ ਸਾਰਾ ਟੋਪਿਕ ਸੀਗਾ ਇਹ ਕਾਨੂੰਨ ਦੇ ਨਿਰਮਾਣ 'ਤੇ ਸੀਗਾ, ਇਹ ਆਪਾਂ ਅੱਜ ਕੰਪਲੀਟ ਕਰ ਲਿਆ ਹੈਗਾ ਅਤੇ ਹੁਣ ਇਹਨੂੰ ਤੁਸੀਂ ਰਿਵਾਈਜ਼ ਕਰ ਲੈਣਾ ਅਤੇ ਮੈਨੂੰ ਇਜਾਜ਼ਤ ਦਿਓ। ਧੰਨਵਾਦ।